ਬਈ ਇੱਕ ਮਿੰਟ ਪੜਦੇ ਕਮੈਂਟ ਵੀ ਵੇਟ ਕਰਿਓ, ਮੈਨੂੰ ਵੇਟ ਕਰਿਓ। ਪ੍ਰਮੁੱਖ ਟੈਲੀਦਾਰ ਜਿਹਦੀਆਂ ਬਾਲਾਂ ਦੇ ਵਿੱਚ ਵੀ ਕਹਿੰਦੇ ਬੜੀ ਜਾਨ ਹੁੰਦੀ ਹੈ, ਉਹ ਬੜੀ ਜਾਨ ਦੇ ਨਾਲ ਬਾਲਾਂ ਮਾਰਨਾ ਦਮ ਰੱਖਦਾ ਮੁੰਡਾ, ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਹੈ। ਅੰਨਾ ਬੰਦਾ ਰਾਜੇ ਪੁੱਛੇ ਪੁੱਠੇ ਰਸਤੇ ਪਾਈਏ ਨਾ, ਬੇਰੀ ਦੇ ਕਰ ਕਹਿਣ ਸਿਆਣੇ ਭੁੱਲ ਕੇ ਵੀ ਖਾਣਾ ਖਾਈਏ ਨਾ, ਜੋ ਰੱਸੀ ਦਾ ਸੱਪ ਬਣਾਵੇ ਗੱਲ ਕਿਸੇ ਨੂੰ ਦੱਸੀਏ ਨਾ, ਇੱਕ ਕਿਸੇ ਦੀ ਘਰੋਂ ਨਾ ਚੁਗਲੀ, ਇੱਕ ਮਾੜੇ ਤੇ ਅਸੀਏ ਨਾ, ਇੱਕ ਕਿਸੇ ਦੀ ਘਰੋਂ ਨਾ ਚੁਗਲੀ, ਇੱਕ ਮਾੜੇ ਤੇ ਅਸੀਏ ਨਾ। ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ, ਦੋਨੋਂ ਟੀਮਾਂ ਬਰਾਬਰੀ ਦੀਆਂ, ਦੋਨੋਂ ਟੀਮਾਂ ਕਹਿੰਦੇ ਬਿਲਕੁਲ ਬਰਾਬਰੀ ਤੇ ਖੇਡ ਰਹੀਆਂ। ਨੈਟਮੈਨ ਵੀ ਦੋਨੋਂ ਟੀਮਾਂ ਦੇ ਟੌਪ ਦੇ ਹੈ, ਦੋਨੋਂ ਨੈਟਮੈਨਾਂ ਨੇ ਕਹਿੰਦੇ ਮੋਟਰਸਾਈਕਲ ਦਿੱਤੇ ਹੈ। ਸਾਹਮਣੇ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਪਿੰਦਰ, ਦੂਜੇ ਪਾਸੇ ਕਹਿੰਦੇ ਖੁਸ਼ਦੀਪ ਹੈ, ਜਿਹੜੇ ਫਾਜ਼ਿਲਕਾ ਵਾਲਾ ਖਿਡਾਰੀ ਖੇਡ ਮੈਦਾਨ ਦੇ ਵਿੱਚ। ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ, ਹਰਿਆਣੇ ਤੇ ਪੰਜਾਬ ਦਾ ਇਹ ਮੈਚ ਮਿੱਤਰੋ ਵੀ ਯਾਰ ਗਈਆਂ ਕੁੰਡੀਆਂ, ਬਾਹਰ ਬੈਠੇ ਲੋਕੀ ਗੱਲਾਂ ਇਹੋ ਕਰਦੇ, ਟੀਮਾਂ ਦੋਨੋਂ ਚੰਗੀਆਂ, ਹਾਂ ਟੀਮਾਂ ਕਹਿੰਦੇ ਦੋਨੋਂ ਬੜੀਆਂ ਕਮਾਲ ਦੀਆਂ। ਦੇਵੀ ਪਿੰਦਰਾ ਪਾਵੇ ਧੱਫੜ, ਅੱਜ ਤੇਰਾ ਲੱਕ ਹੈ, ਹਾਂ ਤੇਰਾ ਜਿਲ੍ਹਾ ਹੈ, ਹਾਂ ਤੇਰਾ ਲੱਕ ਹੈ, ਕਿਹੜਾ ਮਾਰ ਕੇ ਖੰਘੂਰਾ ਸੁੱਕਾ ਲੰਘ ਜੂ ਬੈਲੀਆਂ ਦੇ ਪਿੰਡ ਵਿੱਚ ਨੀ, ਕਿਹੜਾ ਮਾਰ ਕੇ ਖੰਘੂਰਾ ਸੁੱਕਾ ਲੰਘ ਜੂ ਬੈਲੀਆਂ ਦੇ ਪਿੰਡ ਵਿੱਚ ਨੀ। ਪੰਮੂ ਕਹਿੰਦੇ ਗਲਤੀ ਕਰ ਗਏ ਹੈ, 0-3, ਬੜਾ ਸੋਹਣਾ ਮੈਚ ਹੈ। ਇੱਧਰ ਖਾਤਾ ਨੀ ਖੁੱਲਿਆ ਹਰਿਆਣੇ ਵਾਲਿਆਂ ਦਾ, ਇੱਧਰ 0-3 ਬੈਠਾ ਜੀ, ਵਾਲਿਆਂ ਦੇ ਕਹਿੰਦੇ 3 ਹੋ ਗਏ ਹੈ। ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਲੋ ਭੰਡਿਆਰੀ ਵਾਲਾ ਦੁਨੀਆ ਕੰਪਿਊਟਰ ਕਹਿੰਦੀ ਵਾਲੀਬਾਲ ਦਾ, ਹਾਂ ਸਾਹਮਣੇ ਖੇਡ ਮੈਦਾਨ ਦੇ ਵਿੱਚ ਅਗਲੇ ਸਰਵੇ ਕਰਨ ਦੇ ਲਈ ਕਹਿੰਦੇ ਤਿਆਰ ਤਿਆਰ ਹੈ। ਇਹ ਵੀ ਮੁੰਡਾ ਬੜੀ ਲੰਮੀ ਪਾਰੀ ਖੇਡ ਰਿਹਾ ਹੈ, ਬੜੇ ਲੰਮੇ ਸਮੇਂ ਤੋਂ ਖੇਡਦਾ ਆ ਰਿਹਾ ਹੈ। ਗੱਲਾਂ ਕਹਿੰਦੇ ਬੱਬੂ ਸਰਪੰਚ ਵਰਗੀਆਂ ਦੀਆਂ ਚੱਲੀਆਂ, ਗੱਲਾਂ ਕਹਿੰਦੇ ਖਹਿਰਾ ਧਾਰੀ ਦੇ ਕੁਲਦੀਪ ਦੀਆਂ ਚੱਲੀਆਂ, ਖਹਿਰੇ ਵਾਲੇ ਕੁਲਦੀਪ ਦੀ ਖੇਡ ਦੇਖੀ ਦੁਨੀਆਂ ਨੇ। ਇਹ ਵੀ ਕਹਿੰਦੇ ਉਸ ਇਲਾਕੇ ਦਾ ਖਿਡਾਰੀ ਹੈ, ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ, ਮੈਚ ਵੀ ਕਹਿੰਦੇ ਖੇਡਿਆ ਜਾਣਾ। ਇੱਕ ਪਾਸੇ ਕਾਲੀ ਵਾਲਾ ਜ਼ਿਲ੍ਹਾ ਮੋਗਾ ਹੈ, ਦੂਜੇ ਪਾਸੇ ਜ਼ਿਲ੍ਹੇ ਫਿਰੋਜ਼ਪੁਰ ਦਾ ਚੁੱਗੇ ਪਿੰਡ ਹੈ। ਅਗਲਾ ਬਾਬਾ ਧੰਨਵਾਦ ਸੋਹਣਾ ਹੋਵੇਗਾ, ਅਗਲੇ ਮੈਚ ਦੇ ਲਈ ਵੀ ਕਹਿੰਦੇ ਟੀਮਾਂ ਤਿਆਰ ਤਿਆਰ ਰਹਿਣਗੀਆਂ, ਅਗਲਾ ਮੈਚ ਵੀ ਬੜਾ ਯਾਦਗਾਰ ਖੇਡਿਆ ਜਾਣਾ ਹੈ। ਪਹਿਲਾ ਸੈਮੀ ਖੇਡਿਆ ਜਾ ਰਿਹਾ ਹੈ, ਦਿੱਲੀ ਦੀ ਧਰਤੀ ਹੈ, ਪੜਾਕੇ ਪੈ ਰਹੇ ਹੈ, ਨਵੀਂ ਬਾਸੀ ਵਾਲਾ ਬੱਲੀ ਵੀ ਲੈ ਦੇਖਦਾ, ਪੂਣੀ ਵਾਲਾ ਰਹਿੰਦਾ ਕਨੇਡਾ ਦੇ ਵਿੱਚ, ਬੁਲਟ ਦੇ ਨਾਲ ਕਹਿੰਦੇ ਵੱਡੇ ਮਾਣ ਵਾਸੀਆਂ ਦੇ ਮਣੀ ਦੇ ਕੀਤੇ ਹੈ, ਥੰਮਣ ਵਾਲੀ ਸੁਖੂ ਦੇ ਵੱਡੇ ਮਾਣ ਕੀਤੇ ਹੈ। ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ, ਵਧਾਈਆਂ ਵਾਲਾ ਜਿਹੜੀ ਘੱਟਿਆਂ ਵਾਲੀ ਮੈਚ ਇੰਜੋਏ ਕਰਿਓ, ਕਮੈਂਟ ਆਪਾਂ ਪੜਾਂਗੇ ਜ਼ਰੂਰ, ਵੇਟ ਕਰਿਓ, ਮੈਚ ਇੰਜੋਏ ਕਰਿਓ। ਕਹਿੰਦੇ ਪੈਣਾ ਪੜਾਕਾ ਹੀ ਹੈ, ਦੇਖਦੀ ਬਿਲਾਸਪੁਰੀ ਹੈ ਖੇਡ ਮੈਦਾਨ ਦੇ ਵਿੱਚ, ਕੀ ਕਹਿੰਦੀ ਹੈ ਤੇਰੀ ਅੰਦਾਜ਼ਾ, ਕੀ ਕਿਹੜੀ ਟੀਮ ਨੇ ਜਿੱਤਣਾ ਹੈ। ਹਰਸ ਬਿਲਾਸਪੁਰੀ ਹੈ ਕਹਿੰਦੇ ਆਇਆ ਹੋਇਆ ਹੈ, ਬੜਾ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਗੱਭਰੂ ਦੇਸ ਮੇਰੇ ਦੇ ਸੋਹਣੇ ਚੋਰੀਆਂ ਫਿੱਕਾਂ ਦੇ ਮਨਮੋਹਣੇ ਆ ਕੇ ਵਿੱਚ ਮੈਦਾਨਾਂ ਦੇ, ਆ ਦੇਖਣ ਵਾਲੇ ਹੁੰਦੇ ਦੋਸਤੋ ਯਾਰ, ਜਵਾਨਾਂ ਦੇ ਯਾਰ ਨੇ ਖੇਡਦੇ, ਪਿੰਦਰ ਖੇਡ ਰਹੇ ਆ ਖੰਜਰ ਵਾਲੀ ਆ, ਗੱਲਾਂ ਖੰਜਰ ਵਾਲੀਏ ਕਾਲੇ ਦੀਆਂ ਹੁੰਦੀਆਂ, ਗੱਲਾਂ ਖੰਜਰ ਵਾਲੀਏ ਪਿੰਦਰ ਦੀਆਂ, ਸਾਥੀ ਦੀਆਂ ਸਿੰਦੇ ਦੀਆਂ ਹੋਈਆਂ ਸਮੇਂ ਸਮੇਂ ਦੇ ਨਾਲ, ਪਰ ਨੱਥੂ ਵਾਲੀ ਕਹਿੰਦਾ ਵੀ ਬਾਲ ਫੌਲ ਹੈ। ਸੁਨੀਲ ਕਮੋਜ ਜੀ ਬਹੁਤ ਧੰਨਵਾਦ, ਸਾਰਨੀ ਬਹੁਤ ਧੰਨਵਾਦ ਜੀ, ਸੁਨੀਲ ਕਮੋਜ ਜੀ ਕਹਿੰਦੇ ਮੈਂ ਦੀਆਂ ਸਰਬੱਤ ਹੈ। ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ,
ਪਹਿਲਾਂ ਸੇਮੀ ਹੈ ਓਏ ਆ ਖੁਸ਼ਦੀਪ ਆ ਘਟਾਲੀ ਵਾਲਾ ਖੁਸ਼ੀ ਘਟਾਲੀ ਪਹਿਲਾਂ ਦੱਸਿਆ ਵੀ ਜਦੋਂ ਬਾਲ ਆ ਗਈ ਪੈਣਾ ਟੱਪੇ ਹੀ ਹੈ ਇਹ ਮੁੰਡੇ ਅੱਜ ਮੇਰੇ ਖਿਆਲ ਵਿੱਚ ਢਿੱਲੋ ਗਿਆਰਵਾਂ ਬਾਰਵਾਂ ਟੂਰਨਾਮੈਂਟ ਖੇਡ ਰਹੇ ਹੈ ਇੱਕ ਟੂਰਨਾਮੈਂਟ ਸੈਕਿੰਡ ਰਹੇ ਹੈ ਬਾਕੀ ਸਾਰੇ ਟੂਰਨਾਮੈਂਟ ਹੀ ਫਸਟ ਹੈ ਸਾਰੇ ਟੂਰਨਾਮੈਂਟ ਹੀ ਫਸਟ ਹੈ ਇੱਕ ਟੂਰਨਾਮੈਂਟ ਸੈਕਿੰਡ ਰਹੇ ਹੈ ਤਲਵੰਡੀ ਮੱਝੋ ਕਿਆ ਲਾ ਉਹ ਵੀ ਮੇਰੇ ਖਿਆਲ ਦੀ ਮੈਚ ਸਾਂਝਾ ਹੋ ਗਿਆ ਸ਼ਾਇਦ ਆਦਮੀਆਂ ਦਾ ਟੂਰਨਾਮੈਂਟ ਸੈਕਿੰਡ ਰਹੇ ਹੈ ਬਹੁਤ ਸੋਹਣਾ ਮੈਚ ਲਵਲੀ ਸਰਵੇ ਕਹਿੰਦੇ ਮੁੰਡੇ ਨੇ ਫਿਰ ਕਰ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਨੰਬਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਇੱਧਰ ਮਾਨ ਵਾਲੇ ਹਰ ਗਏ ਵੀਰੇ ਹਰ ਗਏ ਮਾਨ ਵਾਲੇ ਭਨਿਆਰੀ ਅਗਲਾ ਮੈਚ ਬੰਦੇ ਕਾਲੀ ਵਾਲਾ ਤੇ ਚੁੱਗਾਂ ਦਾ ਬਾਲ ਕਹਿਣਾ ਸੱਚ ਬੋਲਿਆ ਪ੍ਰਿੰਸ ਨੇ ਸੱਚ ਦੀ ਸਿਆਣੇ ਕਹਿੰਦੇ ਜਿੱਤ ਹੁੰਦੀ ਹੈ ਉਹ ਮੁੰਡੇ ਨੇ ਸੱਚ ਬੋਲਿਆ ਤੇ ਨੰਬਰ ਮੇਰੇ ਖਿਆਲ ਵੀ ਪੰਜ ਹੋ ਗਏ ਹਣੀ ਮਨਪ੍ਰੀਤ ਬਰਾੜ ਬਾਬਾ ਧੰਨਵਾਦ ਜੀ ਨੰਬਰ ਪੰਜ ਹੋ ਗਏ ਹੈ ਤੇ ਲੋਕ ਕਹਿੰਦਾ ਚਾਰ ਸੀ ਤੇ ਹੁਣ ਕਹਿੰਦਾ ਮੈਂ ਤੇ ਚਾਹ ਆਖਿਆ ਫਰਕ ਹੁੰਦਾ ਹੈ ਖੇਡ ਮੈਦਾਨ ਦੇ ਵਿੱਚ ਚੱਲ ਕੋਈ ਸੁਣਿਆ ਅੱਜ ਨਹੀਂ ਤੇ ਕੱਲ ਸੁਣਿਆ ਸਮੇਂ ਸਮੇਂ ਦੀ ਗੱਲ ਸੁਣਿਆ ਕਰਿਓ ਕਰਿਓ ਸ਼ੇਅਰ ਕਰਿਓ ਮੁੰਡਾ ਖੱਜ ਕੇ ਸਤਾਰਾਂ ਤੇ ਗੱਲਾਂ ਜਾਣ ਗਈਆਂ ਨੰਬਰ ਪੰਜ ਹੋ ਗਿਆ ਖੇਡ ਮੈਦਾਨ ਦੇ ਵਿੱਚ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਬਹੁਤ ਵਧੀਆ ਮੈਚ ਹੈ ਭਾਊ ਵਧਾਈਆਂ ਵਾਲਾ ਮੁਕਸਰੀਆ ਮੁੰਡਾ ਮੁਕਸਰੀਏ ਸ੍ਰੀ ਕਮੋਦ ਜਗਦੀਪ ਖੰਨਾ ਮਨ ਵਾਲੇ ਵੀਰੇ ਆਏ ਸੀ ਹਰ ਗਏ ਮੁੰਡੇ ਕਾਲ ਕਿਹੜੇ ਅਗਲਾ ਮੈਚ ਹੈ ਬਾਈ ਹਰਪ੍ਰੀਤ ਚੁੱਗਾ ਨਾਲ ਸੈਮੀ ਮੁੰਡਾ ਜ਼ਿਲ੍ਹੇ ਮੁਕਤਸਰ ਤੋਂ ਆਇਆ ਹੋਇਆ ਹੈ ਬਲਪਿਆਰ ਨੱਥੂ ਵਾਲਾ ਅਮਨ ਧਾਲੀਵਾਲ ਨਵੀਂ ਸਰਾਂ ਅੰਗਰੇਜ਼ ਸਿੱਧੂ ਲੁਧਿਆਣੇ ਦੀਆਂ ਗੱਲਾਂ ਰਾਜੀਵ ਬਰਾੜ ਚੰਨਾ ਹੇਰ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਜ਼ਿਲ੍ਹੇ ਲੁਧਿਆਣੇ ਦਾ ਅੱਜ ਕਹਿੰਦੇ ਜੀਤੀ ਗਰੇਵਾਲ ਦਾ ਪਿੰਡ ਹੈ ਵੱਡੇ ਪ੍ਰਮੋਟਰਾਂ ਦੇ ਤੌਰ ਤੇ ਦੁਨੀਆਂ ਜਾਣਦੀ ਹੈ ਜੀਤੀ ਗਰੇਵਾਲ USL ਨੂੰ ਅੱਜ ਉਹਦੇ ਪਿੰਡ ਰੌਣਕਾਂ ਲੱਗੀਆਂ ਹੋਈਆਂ ਰਵੀ ਬੜਾ ਪਿਆਰ ਕਰਦਾ ਖੇਡਣ ਦੀ ਦੁਨੀਆਂ ਨੂੰ ਜੀਤੀ ਬਾਈ ਆਓ ਅੱਜ ਕਹਿੰਦੇ ਉਹਦੇ ਪਿੰਡ ਰੌਣਕਾਂ ਲੱਗੀਆਂ ਗਰੇਵਾਲ ਪਰਿਵਾਰ ਦਾ ਹਮੇਸ਼ਾ ਹੀ ਵੱਡਾ ਯੋਗਦਾਨ ਰਿਹਾ ਹੈ ਇਹਨਾਂ ਖੇਡਾਂ ਦੇ ਲਈ ਆਓ ਕਹਿੰਦੇ ਗੱਲਾਂ ਵੱਡੀਆਂ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਵਧਾਈਆਂ ਵਾਲਾ ਵਧਾਈਆਂ ਵਾਲਾ ਗੱਲਾਂ ਸਿਰੇ ਲਾਓ ਆਓ ਵਧਾਈਆਂ ਨੇ ਕਹਿੰਦੇ ਗੱਲਾਂ ਸਿਰੇ ਲਾ ਦੇਣੀਆਂ ਹੈ ਤਕੜਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਦੋਨੋਂ ਟੀਮਾਂ ਕਹਿੰਦੇ ਟੌਪ ਦੀ ਖੇਡ ਖੇਡ ਰਹੀਆਂ ਉਧਰ ਹਰਜਿੰਦਰ ਸਿੰਘ ਸਾਡੇ ਜੰਨੀ ਬਾਈ ਮੁੱਖ ਸਰਪ੍ਰਸਤ ਟੂਰਨਾਮੈਂਟ ਦੇ ਰਾਜ ਸਦਰ ਸਰਦਾਰ ਹਰਦੇਵ ਸਿੰਘ ਗਿਆਨੀ ਮੀਤ ਪ੍ਰਧਾਨ ਹੈ ਕਿਹੜੇ ਕੱਪ ਅੱਜ ਹੋ ਰਿਹਾ ਜ਼ਿਲ੍ਹੇ ਦੇ ਵਿੱਚ ਤੇ ਕਬੱਡੀ ਦੇ ਵੀ ਹਰ ਸਾਲ ਦੀ ਤਰ੍ਹਾਂ ਦੁਨੀਆਂ ਦੇ ਵੱਡੇ ਖਿਡਾਰੀ ਕਹਿੰਦੇ ਵੱਡੀਆਂ ਰੌਣਕਾਂ ਲੱਗਦੀਆਂ ਮੁੰਡੇ ਹਰ ਗਏ ਰਵੀ ਬਾਈ ਦਾ ਮੈਚ ਸੱਚ ਰਵੀ 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 ਵਾਲੀ ਗੱਲ ਹੈ ਪ੍ਰਧਾਨ ਇਸ ਕਲੱਬ ਦੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਭਨਿਆਰੀ ਵਾਲਿਆ ਖਾਤਾ ਨਹੀਂ ਖੁੱਲਿਆ ਉਹ ਤੇਰੀ ਦੁਨੀਆਂ ਫੈਨ ਹੈ ਯਾਰਾਂ ਦੀ ਯਾਰ ਨੇ ਫੈਨ ਉਹਦੀਆਂ ਬਾਤਾਂ ਦੇ ਫਰਕ ਬੜੇ ਹੈ ਜਿੰਕਣੇ ਨੀ ਤੇਰੇ ਮੇਰੇ ਹਾਲਾਤਾਂ ਦੇ ਥੋੜੇ ਹਾਲਾਤਾਂ ਦੇ ਫਰਕ ਹੈ ਰਾਜਪ੍ਰੀਤ ਵੀ ਕਹਿੰਦੇ ਭਨਿਆਰੀ ਦੀ ਟੀਮ ਲਈ ਬਹੁਤ ਮੈਚ ਖੇਡਿਆ ਮੈਂ ਵੀ ਬਾਗੜੀ ਕੱਲਾ ਨੈਟ ਵਾਲੇ ਤੋਂ ਬਚ ਕੇ ਰਹੀ
ਬਾਕੀ ਹੱਲ ਹੋ ਜਾਣਗੇ। ਰੋਜ਼ ਬੀ ਵਾਲੇ ਮੁੰਡੇ ਹਰ ਗਏ ਵੀਰੇ, ਕਰਿਓ ਕਰਿਓ ਮੁੰਡੇ ਸ਼ੇਰ, ਨੰਬਰ ਸੇਵਾ ਲੱਗ ਗਿਆ ਪਰ ਇੱਧਰ ਹਲੇ ਛੇ ਜੀਰੋ ਘੱਟਾਂ ਲਈ ਛੇ ਪੁਆਇੰਟ ਇੱਧਰ ਜੀਰੋ ਤੋਂ ਜੁੜੀ ਹੋਈ ਹੈ, ਦੁਨੀਆ ਦੂਰ ਦੁਰਾਡੇ ਤੋਂ ਜੁੜੀ ਹੋਈ ਹੈ, ਫਰਕ ਬਹੁਤ ਵੱਡਾ ਹੈ। ਖਿੱਚਿਓ ਖਿੱਚਿਓ ਮੁੰਡਿਓ, ਕਰਿਓ ਸ਼ੇਰ ਖਿੱਚ ਕੇ ਮੇਰੇ ਵੀਰ ਸੋਹਣੇ, ਉਧਰ ਗੋਰਾ ਕਨੇਡਾ ਤੇ ਨੀਲਾ ਕਨੇਡਾ ਸਾਡਾ, ਉਹ ਵੀ ਕਨੇਡਾ ਤੋਂ ਲੈ ਜੁੜੇ ਹੋਏ ਹੈ, ਤੇ ਹਰਮਨ ਜੂਸੇ ਭਰਾ ਉਹ ਵੀ ਕਹਿੰਦੇ ਲੈ ਜੁੜੇ ਹੋਏ ਹੈ। ਵੱਡੇ ਧੰਨਵਾਦ ਸਾਰੇ, ਬਹੁਤ ਧੰਨਵਾਦ ਸਾਰੇ ਮੇਰੇ ਵੀਰਾਂ ਦਾ, ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਨੱਪੀ ਹੋ ਕੰਮ ਨੂੰ ਪੜਦਾ ਛੇ ਜੀਰੋ ਹੈ। ਗੁਰਦੇਵ ਵਿਰਕ, ਲੀਸ਼ ਕਮੋਜ, ਮਨੂ ਸੰਧੂ, ਸਤਨਾਮ ਸੰਧੂ, ਰੋਜ਼ ਪੀ ਵਾਲੇ ਮੁੰਡੇ ਹਰ ਗਏ ਵੀਰੇ ਚੁੱਕਿਆਂ ਨੂੰ, ਦਫਾ ਕਰੋ ਮੇਰਾ ਕਾਲਾ ਹੀ ਸਰਦਾਰ, ਰਵਿੰਦਰ ਗਰੇਵਾਲ, ਸੋਹਣਾ ਮੁਕਾਬਲਾ ਕਰ ਮੰਗਣ ਬਾਬਾ, ਧੰਨਵਾਦ। ਸਫਲਤਾ ਭੰਡਿਆਰੀ ਦੇ ਖਾਤੇ ਜੁੜ ਗਈ ਹੈ, ਭੰਡਿਆਰੀ ਚੱਲ ਪਿਆ ਕੰਮ ਭੰਡਿਆਰੀ ਵਾਲਾ ਦਾ, ਕਰਨਾ ਪੈਣਾ ਇਹ ਤੈਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ, ਇਹਦੀ ਸਿਧੀ ਮੰਨਣਾ ਨੀ, ਉਹ ਕੁੱਟ ਕਿਤਾਬਾਂ ਦੇ ਇਹਨਾਂ ਦਾ ਕਰਨਾ ਪੈਣਾ, ਗੱਲ ਕਹਿੰਦੇ ਫੇਰ ਟਿਕਾਣੇ ਲੱਗ ਜਾਣੀ ਹੈ। ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ, ਕਾਲਾ ਬੇਤ ਵਾਲੀਆ ਕਰਿਓ ਕਰਿਓ ਸ਼ੇਅਰ ਨੀ ਕਰਦੇ ਮੁੰਡਿਓ, ਸਤਨਾਮ ਗੁਰਦੇਵ ਵਿਰਕ ਜੀ, ਕਰੋ ਸ਼ੇਅਰ, ਵੱਡਾ ਯੋਗਦਾਨ ਹੈ, ਸਾਰੇ ਪਾਣੀ ਮੰਗਾਓ ਪਾਣੀ, ਵੱਡਾ ਧੰਨਵਾਦ ਆਪਾਂ ਕਰਾਂਗੇ। ਹੁਣ ਸਾਹਮਣੇ ਆ ਮੁੰਡਾ ਰਾਜਪਾਲ ਬਾਗੜੀ, ਰਾਜਪਾਲ ਬਾਗੜੀ ਲਵ ਸਿੰਘ ਵਰਗੇ ਨੇ ਕਹਿੰਦੇ ਗੱਡੀ ਦਿੱਤੀ, ਰਾਜਪਾਲ ਰਾਜਪਾਲ ਵਰਗੇ ਨੇ ਵੱਡੀ ਖੇਡ ਕਲੱਬ ਹੈ, ਆਓ ਬੱਲੇ ਵਧਾਈਆਂ ਵਾਲਾ ਕਹਿੰਦੀਆਂ ਦੁਨੀਆ, ਆਓ ਵਧਾਈਆਂ ਵਾਲਾ ਅੱਖ ਗਿਆ ਲੋਕੋ, ਵਧਾਈਆਂ ਵਾਲਾ ਤੇ ਕੰਮ ਖਿੱਚੀ ਤੁਰਿਆਉਂਦਾ ਹੈ। ਮੁਕਸਰੀਆ ਮੁੰਡਾ ਖੇਡ ਮੈਦਾਨ ਦੇ ਵਿੱਚ, ਬੜੀ ਵਧੀਆ ਟੀਮ ਜ਼ਿਲ੍ਹੇ ਫਾਜ਼ਿਲਕਿਆਂ ਦੀ, ਆਹ ਕਹਿੰਦੇ ਵਾਸੀਆਂ ਬੇਟ ਦਾ ਮਣੀ ਹੈ, ਮੁੱਲਾਪੁਰ ਦਾਖੇ ਇਲਾਕੇ ਦਾ, ਹਾਂਜੀ ਹਾਂਜੀ ਹਾਂਜੀ, ਬੁਰੀਆ ਹਰਮਨ ਵੀ ਆਇਆ, ਓਕੇ ਓਕੇ ਓਕੇ, ਪ੍ਰਗਟ ਬਰਾੜ ਪਰਥ ਵਾਲਿਓ ਬਹੁਤ ਧੰਨਵਾਦ, ਪ੍ਰਗਟ ਬਰਾੜ ਪੜਾਣਾ, ਮਨੀ ਬਰਾੜ, ਪਾਲੀ ਗੱਲ, ਬਿਕਰਮਜੀਤ ਬਿੱਕੀ, ਬਹੁਤ ਬਹੁਤ ਧੰਨਵਾਦ, ਤੇ ਰਵੀ ਬੀਲਾ ਕਹਿੰਦੇ ਹੈ ਇਹ ਪਿੰਡਾਰ ਬਿਕਰਮਜੀਤ ਬਿੱਕੀ, ਬਹੁਤ ਬਹੁਤ ਧੰਨਵਾਦ, ਰਵੀ ਬੰਦਾਰਾ, ਰਮਨ ਜੀ ਕੇ, ਨੈਲ ਬਿਸ਼ਨੋਈ, ਸ਼ਮਸ਼ੇਰ ਸੰਧੂ, ਗੱਲ ਸੱਚੀ ਸੱਚਿਆਂ ਦੀ, ਦੱਬ ਕੇ ਪਾਈਏ ਰੱਜ ਕੇ ਖਾਈਏ, ਥੋੜਾ ਖਾ, ਕਰਨ ਸਿੱਧੂ, ਸੋਨੀ ਧਾਲੀਵਾਲ, ਬਾਕੀ ਗੁਰਵਿੰਦਰ ਢਿੱਲੋਂ, ਬਹੁਤ ਧੰਨਵਾਦ ਸਾਰੇ ਵੀਰਾਂ ਦਾ, ਕਿਸੇ ਦੀ ਯਾਰ ਵਾਲੀਬਾਲ ਛੁੱਟ ਗਈ, ਫਾਇਰ ਪੇਜ ਤੇ ਰੋਟੀ ਹੱਥ ਨੀ ਖਾਈਏ ਜੀ, ਭਾਵੇਂ ਬੂੜ ਪਾਲਸਾ ਕਰੀਏ, ਰੋਟੀ ਹੱਥ ਨੀ ਖਾਈਏ ਜੀ, ਆਓ ਸਾਹਮਣੇ ਆਪਣੀ ਹੱਥ ਦੀ ਕਮਾਈ ਦੇ ਵਿੱਚੋਂ ਵੱਡੇ ਮਾਣ ਕਹਿੰਦੇ ਇਹਨਾਂ ਖੇਡਾਂ ਲਈ ਆਏ ਹੈ, ਸਾਰੇ ਨਾਰੀ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਲਓ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ, ਇੱਕ ਇੱਕ ਨੰਬਰ ਕਹਿੰਦੇ ਬੜਾ ਰਮਨ ਜੀ ਕੇ, ਹਾਂਜੀ ਹਾਂਜੀ ਵੀਰੇ, ਹਰ ਗਏ ਵੀਰੇ, ਉਹ ਰਮਨ ਸਾਡੇ ਤੋਂ ਜੁੜੀ ਹੋਈ, ਹਰ ਗਏ ਵੀਰੇ, ਹਰ ਗਏ, ਅੱਜ ਪੀਲੇ ਦਾ ਤੱਪ ਹੈ, ਬੜੇ ਲੰਬੇ ਸਮੇਂ ਤੋਂ ਇੰਤਜ਼ਾਰ, ਉਡੀਕ ਬੇਰ ਸੀ ਆਹ ਕੱਪ ਦੀ, ਅੱਜ ਭਾਗਾਂ ਵਾਲਾ ਦਿਨ ਹੈ ਤੇ ਵਾਲੀਬਾਲ ਦਾ ਖੇਡਿਆ ਹੋਇਆ ਗੁਲਾਬ ਆਪਾਂ ਨੰਬਰ ਕਿੰਨੇ ਕਿੰਨੇ ਨੇ, ਇੱਕ ਵਾਰੀ ਜ਼ਰੂਰ ਰੱਸੀ ਸੁਣਿਆ ਵੀਰਾ, ਭੰਡਿਆਰੀ ਵਾਲੇ ਤੇ ਭੰਡਿਆਰੀ ਵਾਲਾ ਸਿਰ ਨਾ ਮੋੜੇ,
ਹਰਮਨ ਚੂਹੜੇ ਤੇ ਰਵੀ ਪੀਲਾ ਦੋ ਭਰਾ ਕਹਿੰਦੇ ਵੀ 500 ਹੋਣਾ 500 ਦੇ ਨਾਲ ਸਿੱਧੂ ਵਰਗੇ ਹਰ ਕੇ ਵੀਰੇ ਟਿਕਾਣੇ ਲੱਗੀ ਹੋਈ ਹੈ 6-0 ਹੈ ਮੇਰੇ ਖਿਆਲ ਚ ਬਾਈ 6-0 ਇਹਨਾਂ ਪੁੱਟੇ ਰਾਣੇ ਵਾਲੇ ਹੋ ਕੀ ਹਾਲ ਚਾਲ ਆ ਜੀ ਰਜਿੰਦਰ ਕੁਮਾਰ ਬਹੁਤ ਬਹੁਤ ਧੰਨਵਾਦ ਰਜਿੰਦਰ ਕੁਮਾਰ ਜੀ ਕਰਿਓ ਸ਼ੇਅਰ ਮੇਰੀ ਬੇਨਤੀ ਆ ਇੱਕ ਇੱਕ ਦੋ ਦੋ ਸ਼ੇਅਰ ਕਰਿਓ ਖਿੱਚ ਕੇ ਬੀਲੇ ਦਾ ਕੱਪ ਬ੍ਰਾਂਡ ਕੱਪ ਆਓ ਬੀਲੇ ਦਾ ਬ੍ਰਾਂਡ ਕੱਪ ਆ ਮੁੰਡਿਓ ਪਹਿਲਾ ਸੈਮੀ ਮਾਰਕੀਟ ਬ੍ਰਾਂਡ ਨੱਥੂ ਵਾਲੀਆ ਓਕੇ ਧੰਨਵਾਦ ਸੁਖਵੀਰ ਸੰਧੂ ਬਾਬਾ ਧੰਨਵਾਦ ਸੁਖਵੀਰ ਦੋ ਕਰੋ ਸ਼ੇਅਰ ਕਰਕੇ ਮੇਰੇ ਬਾਈ ਸੋਹਣੇ ਲਾਈਵ ਸਹੀ ਚੱਲੀ ਜਾਂਦਾ ਬਾਈ ਕਮੈਂਟ ਕਰਕੇ ਦੱਸੋ ਮੇਰੇ ਵੀਰ ਸਾਰੇ ਭਰਾ ਲਾਈਵ ਸਹੀ ਆਪਣਾ ਸੁਨੀਲ ਬਾਈ ਸਹਾਰਨੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸੁਨੀਲ ਬਾਈ ਉਧਰ ਵਧਾਈਆਂ ਵਾਲਾ ਰਿੰਕੂਆ ਸੈਂਟਰ ਚ ਪਲੀਜ਼ ਕਮੋਜ ਰਾਹੁਲ ਕੁਮਾਰ ਮਾਰਕੀਟ ਬਰਾੜ ਬਹੁਤ ਬਹੁਤ ਧੰਨਵਾਦ ਤਰਸੇਮ ਬਾਈ ਬਹੁਤ ਬਹੁਤ ਧੰਨਵਾਦ ਬਾਈ ਮੇਰਾ ਨੀ ਲਾਈਵ ਤੁਹਾਡਾ ਹੈ ਲਾਈਵ ਮਨਜੀਤ ਜਾਈਆ ਬਹੁਤ ਬਹੁਤ ਧੰਨਵਾਦ ਮਨਜੀਤ ਤੁਹਾਡਾ ਹੀ ਲਾਈਵ ਹੈ ਤੁਹਾਡਾ ਹੀ ਪੇਜ ਹੈ ਮੇਰਾ ਨੀ ਕੁਛ ਵੀ ਇਸ ਚ ਰਜਿੰਦਰ ਬਰਾੜ ਜੀ ਬਹੁਤ ਬਹੁਤ ਧੰਨਵਾਦ ਗੌਰਵ ਸੌਰਵ ਕੁਮਾਰ ਇੱਥੇ ਪਰ ਕਾਸ਼ ਬਰਾੜ ਬਾਬਾ ਧੰਨਵਾਦ ਕਾਸ਼ ਇੱਕ ਇੱਕ ਸ਼ੇਅਰ ਕਰੋ ਕਾਸ਼ ਕੁਲਦੀਪ ਸਮਰਾ ਉੱਪੇ ਵਾਲੇ ਜੱਟ ਆ ਗਿਆ ਕੈਨੇਡਾ ਤੋਂ ਲਾਈਵ ਨਾਨੂ ਬੁੱਟਰ ਕੁਲਦੀਪ ਸਮਰੇ ਹੋਰੀ ਦਵਿੰਦਰ ਢਿਲੋਰੀ ਜਗਜੀਤ ਸੰਧੂ ਦਵਿੰਦਰ ਬਰਾੜ ਆਹ ਯੂ ਐਸ ਏ ਵਾਲਾ ਜੱਟ ਆ ਗਿਆ ਉੱਧਰ ਦਵਿੰਦਰ ਬਰਾੜ ਯੂ ਐਸ ਏ ਬਰਾੜਾ ਕਿਵੇਂ ਜੱਟ ਨਨੂ ਬੁੱਟਰ ਸਿੱਧੂ ਵਰਗੇ ਹਰ ਗਏ ਵੀਰੇ ਚੁੱਕਿਆਂ ਨੂੰ ਰੋਸ਼ਾ ਵੀ ਚੁੱਕਿਆਂ ਨੂੰ ਹਰ ਗਈ ਹੈ ਵਾਕਈ ਕਹਿੰਦੇ ਖੜਕੇ ਦੜਕੇ ਬਹੁਤ ਵੱਡੇ ਹੈ ਵੱਡਾ ਮੈਚ ਫਿਰ ਮੈਦਾਨ ਦੇ ਵਿੱਚ ਖੇਡਿਆ ਜਾ ਰਹੀ ਹੈ ਮੰਨੋ ਟੀਮਾਂ ਕਹਿੰਦੇ ਬੜੇ ਆਤਮ ਵਿਸ਼ਵਾਸ ਦੇ ਨਾਲ ਫ੍ਰੀ ਟੋਟ ਵਧੀਆ ਵਧੀਆ ਬਰਾੜਾ ਮੇਰੀ ਦੇ ਨਾਲ ਬੜੇ ਜਿਗਰੇ ਦੇ ਨਾਲ ਮੁੰਡੇ ਖੇਡ ਰਹੀ ਹੈ ਦਵਿੰਦਰ ਬਰਾੜ ਆ ਗਿਆ ਉਹਦੀ ਟੀਮ ਖੇਡੀ ਜਾਂਦੀ ਦਵਿੰਦਰ ਬਰਾੜ ਯੂ ਐਸ ਏ ਬਰਾੜ ਆ ਗਿਆ ਲਾਈਵ ਤੇ ਆਪਣਾ ਬਰਾੜਾ ਚੱਕਿਆਂ ਚੋਂ ਅੱਗ ਨਿਕਲੀ ਜਾਂਦੀ ਜੱਟਾ ਉਹ ਚੱਕਿਆਂ ਚੋਂ ਅੱਗ ਨਿਕਲੀ ਜਾਂਦੀ ਮੈਂ ਤਕੜਾ ਬਣਿਆ ਪਿਆ ਬੜੀਆਂ ਰੂੜੀਆਂ ਚੁਕਾਈਆਂ ਸੀ ਚੌਂਕਾਂ ਦੇ ਤੇ ਬੜੇ ਬੱਕਰੇ ਬਣਾ ਕੇ ਪੁੱਤ ਸ਼ੇਰਾਂ ਨੇ ਬਾਗ ਲਾ ਕੇ ਬਰਾਬਰ ਢਲਵਾ ਕਦੇ ਪੁੱਛੀ ਦੇ ਨੀ ਰੇਤ ਵੀਰੇ ਤੇਰਾ ਨੇ ਕਦੇ ਬਿੰਦਰਾ ਸ਼ੇਰੀ ਨੇ ਛੱਡ ਕੇ ਤੇ ਕਦੇ ਜਾਬਰਨ ਪਰ ਖੋਣੇ ਯਾਰ ਨੂੰ ਤੇ ਮਰੇ ਬੰਦੇ ਨੇ ਮੇਥੇ ਦੇ ਤੇਰਾ ਨਿਕਲੇ ਤੇ ਕੀ ਆ
ਇਹੋ ਜਿਹੇ ਹਥਿਆਰ ਨੂੰ ਸਿੱਧੂ ਵਰਗੇ ਹਰ ਗਏ ਵੀਰੇ, ਸ਼ੋਕ ਮੌਜ ਬਾਈ ਫਿਰੋਜ਼ੀਆ ਵੀ ਹਰ ਗਈ ਚੁੱਕਿਆ ਨੂੰ ਕੁਆਟਰ ਮੈਚ ਬਾਈ ਸ਼ੇਅਰ ਨੀ ਕਰਦੇ ਕੋਈ ਮੈਨੂੰ ਤੁਹਾਡੇ ਨਾਲ ਗਿਲਾ ਵੀਰੇ ਸ਼ੇਅਰ ਕਰੋ ਬਾਈ ਸੋਹਣੇ ਵੀਰ ਖਿੱਚ ਕੇ ਘੱਟਾਂ ਵਾਲੀ ਤੇ ਭਨੈਰੀ ਦਾ ਏਡਾ ਤਕੜਾ ਮੈਚ ਚੱਲੀ ਜਾਂਦਾ ਮੁੰਡੇ ਗੋਪਾ ਮਾਨ ਨਹੀਂ ਆ ਸਮਰਾ ਕੁਲਦੀਪ ਬਹੁਤ ਵੱਡਾ ਧੰਨਵਾਦ ਹੈ ਗੋਪਾ ਮਾਨ ਨਹੀਂ ਆ ਬਾਈ ਰਜਿੰਦਰ ਜਲੰਧਰ ਪੁਆਇੰਟ ਵੀਰੇ ਦੱਸਦੇ ਇੱਕ ਮਿੰਟ ਉਧਰ ਸੱਤ ਪੁਆਇੰਟ ਹੋ ਗਏ ਮੇਰੇ ਖਿਆਲ ਚ ਸਿਮੀਆਂ ਸਰਜੀਤ ਖੇਡੀ ਜਾਂਦਾ ਜੀ ਬਾਰਲੀ ਸਾਈਡ ਜਿਗਰੀ ਯਾਰ ਹੈ ਅੱਜ ਰਵੀ ਦੇ ਜਿਗਰੀ ਯਾਰ ਪੱਜੇ ਹੋਏ ਹੈ ਵੱਡਾ ਧੰਨਵਾਦ ਕੁਲਦੀਪ ਸਮਰਾ ਹੰਸ ਬੂਟਾ ਸਿਮੀਆਂ ਸਰਜੀਤ ਖੇਡੀ ਜਾਂਦਾ ਜੀ ਬਾਰਲੀ ਸਾਈਡ ਸਾਰੇ ਸਤਿਕਾਰ ਤੇ ਧਾਂਦਰੇ ਵਾਲੇ ਕਹਿੰਦੇ ਅਮਨੇ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਟੀਮਾਂ ਨੂੰ ਸੱਦਣ ਦੇ ਲਈ ਬਾਬਾ ਧੰਨਵਾਦ ਜੀ ਕਰਿਓ ਕਰਿਓ ਖਿੱਚ ਕੇ ਸਿਰ ਧਾਂਦਰੇ ਵਾਲੇ ਆਪਣੇ ਕੰਮ ਨੂੰ ਕਹਿੰਦਾ ਵੀ ਆਪਣੇ ਵੱਲੋਂ ਗਏ ਗੱਟਵਾਂ ਧੰਨਵਾਦ ਕਰਦੇ ਧਾਂਦਰੇ ਵਾਲ ਦਾ ਵੀ ਵੱਡਾ ਧੰਨਵਾਦ ਕਮਲ ਆਪਣੇ ਹਰੀ ਨਹੀਂ ਆਇਆ ਬਾਈ ਰਮਨਦੀਪ ਗਿੱਲ ਧੰਨਵਾਦ ਧੰਨਵਾਦ ਸਵੀਆਂ ਵਾਲੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮਣੀ ਖੇਡ ਦਾ ਵਾਸੀਆਂ ਬੇਟ ਵਾਲਾ ਇੱਧਰ ਸੁਖਮੰਦਰ ਸਿੱਧੂ ਬਾਬਾ ਧੰਨਵਾਦ ਸੁਖਮੰਦਰ ਗੁਰਦੇਵ ਵਿਰਕ ਕਮਲ ਭੰਡਾਰੀ ਨਹੀਂ ਆ ਗੁਰਦੇਵ ਵਿਰਕ ਬਾਈ ਬਹੁਤ ਧੰਨਵਾਦ ਸ਼ੇਅਰ ਤਾਂ ਕਰੋ ਬਾਈ ਮਾੜਾ ਜਾ ਲਾਭੀ ਪੀਤਾ ਬਾਬਾ ਧੰਨਵਾਦ ਧੰਨਵਾਦ ਜੀ ਇਸ ਤੋਂ ਬਾਅਦ ਸੈਕੰਡ ਸੈਮੀ ਕਾਲੀ ਵਾਲਾ ਚੁੱਕੇ ਸੈਕੰਡ ਸੈਮੀ ਇਸ ਤੋਂ ਬਾਅਦ ਆਹ ਪਹਿਲਾ ਸੈਮੀ ਘੱਟਿਆਂ ਵਾਲੀ ਵਾਲੇ ਮੁੰਡੇ ਲੀਡ ਤੇ ਆ ਲਵਦੀਪ ਸਿਵੀਆਂ ਲਾਭੀ ਸਿਵੀਆਂ ਲਵਦੀਪ ਸਿਵੀਆਂ ਹਾਂਜੀ ਹਾਂਜੀ ਸੁਰਜੀਤ ਹੈ ਜੀ ਬਾਲੀ ਸਾਹਿਬ ਵਾਹ ਓਏ ਪਿੰਦਰਾ ਐਂਡੋ ਮੁੰਡਿਆ ਐਨ ਬਰਾਬਰ ਦੀ ਭਾਜੀ ਵੋਟਦੀ ਹੈ ਪਿੰਦਰ ਨੇ ਖੰਜਰ ਵਾਲੀਆਂ ਜੱਟ ਨੇ ਦਾਖੇ ਦਾ ਇਲਾਕਾ ਤੇ ਇਲਾਕੇ ਦਾ ਕਹਿੰਦੇ ਕੈਲ ਪੁਰੀਆ ਹਰਮਨ ਵੀ ਆਇਆ ਹੋਇਆ ਅੱਜ ਵੱਡੇ ਮਾਨ ਸਾਡਾ ਭਰਾ ਇਹਨਾਂ ਬੋਲਾਂ ਲਈ ਕਰ ਗਿਆ ਇਸ ਇਲਾਕੇ ਦੇ ਵਿੱਚ ਨੰਬਰ ਦੱਸ ਦਿਆਂ ਸਰ ਇੱਕੋ ਮਿੰਟ ਮਾਨ ਪੁਆਇੰਟ ਦੱਸੋ ਕਿਸੇ ਨੂੰ ਯਾਦ ਆ ਤਾਂ ਦੱਸੋ ਮੇਰੇ ਬਾਈ ਜਲਦੀ ਹੋਵੇ ਕਿ ਕਹੇ ਸਾਡੇ ਵੱਡੇ ਵੀਰ 616 ਚੇਂਜ ਆ ਬਾਈ ਇੱਧਰ ਇੱਕ ਉੱਧਰ 6 ਬੁਲਾਰਿਆਂ ਦੇ ਲਈ 16 ਵੱਡਾ ਮਾਨ ਬਾਬਾ ਧੰਨਵਾਦ ਕਰਿਓ 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 ਸ਼ੇਰ ਵੱਡਾ ਧੰਨਵਾਦ ਕਰਾਂਗੇ ਬਹੁਤ ਬਹੁਤ ਧੰਨਵਾਦ ਹੈ ਵੀਰ ਸ਼ੇਰ ਕਮਾਂਡ ਬਣਿਆਰੀ ਦਾ ਰਵੀ ਪਰਿਆਲ ਦੇ ਉੱਤਰ ਤੇ ਉੱਧਰ 6 ਕੇ 7 ਆ ਮੇਰੇ ਖਿਆਲ ਚ ਹਾਂਜੀ 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 ਗੁਰੂ ਜੀ MP ਸ਼ਰਮਾ ਸ਼ੇਖਪੁਰੀ ਵਾਲਿਓ ਵੈਲਕਮ ਵੈਲਕਮ ਗੁਰੂ ਜੀ ਅਸਟਰੋ ਸੋਨੀਆ ਵੈਲਕਮ ਜੀ ਕਸ਼ਿਸ਼ ਕੰਬੋਜ ਬਾਬਾ ਧੰਨਵਾਦ ਗੁਰੂ ਜੀ MP ਸ਼ਰਮਾ ਸ਼ੇਖਪੁਰੀ ਸੈਮੀ ਮੈਚ ਹੈ ਸੈਮੀ ਪਹਿਲਾ ਸੈਮੀ ਬਿੱਲੇ ਦੇ ਬ੍ਰਾਂਡ ਕੱਪ ਦਾ ਕੱਲ ਨੂੰ ਲੱਗਣੀਆਂ ਰੌਣਕਾਂ ਆਲਮਲੇ ਦੇ ਵੱਡੇ ਕੱਪ ਤੇ ਉੱਡਣਗੇ ਡੋਰੀਏ ਕੱਲ ਨੂੰ ਆਲਮਲੇ ਤੇਰੇ ਖਾਸ ਸਦਾ ਨੇ ਅਯਾਰ ਵੇਖਿਆ ਤੇਰੇ
ਯਾਰ ਵੇਖਿਆ ਵਧਾਈਆਂ ਦਾ ਰਿੰਕੂ 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 ਰੁਕੂ ਹੋਈ ਪਈ ਹਾਂਜੀ ਹਾਂਜੀ ਪੁਆਇੰਟ ਦੋ ਛੇ ਨਾ ਚੱਲ ਪਿਆ ਕੰਪਨੀ ਹਰਿਆਣਾ ਦਾ ਵੀ ਮੁੰਡਿਓ ਦੋ ਛੇ ਟੂ ਸਿਕਸ ਇੱਧਰ ਦੋ ਇੱਧਰ ਛੇ ਹਲੇ ਵੀ ਕਹਿੰਦੇ ਮੁੰਡੇ ਲੀਡ ਬਣਾਈ ਫਿਰਦੇ ਹੈ ਇੱਧਰ ਦੋ ਬਨਿਆਰੀ ਦੇ ਛੇ ਪੈਂਟ ਘੱਟਾਂ ਵਾਲੀ ਦੇ ਉਹ ਕਹਿੰਦੇ ਵੀ ਜੇ ਪਿੰਦਰ ਭਾਊ ਦੇ ਵਾਲ ਮਾਰਦੇ ਪੰਜ ਸੌ ਹੋਣਾ ਪਿੰਦਰ ਦੇ ਨੰਬਰ ਦਾ ਜੇ ਭਾਊ ਦੇ ਵਾਲ ਲੱਗਦੀ ਹੈ ਹਾਏ ਗੱਲਾਂ ਕਹਿੰਦੇ ਵੱਡੀ ਨੇ ਵੱਡੇ ਬਾਹਰ ਸਨਮਾਨ ਕੀਤੇ ਜਾ ਰਹੇ ਆ ਚਰ ਜੇ ਵੱਡੇ ਵਾਲੇ ਵੀ ਵੱਡੀ ਅੱਗਾ ਬਿੱਲੇ ਦੀ ਧਰਤੀ ਦੇ ਹਰ ਥਾਲ ਥੜੇ ਪਈ ਆ ਬਾਈ ਫੌਜੀਆ ਸਰਾ ਯਾਰ ਫੌਜੀਆ ਕਿਆ ਫਟ ਕੀਤਾ ਬੰਦੇ ਨੇ ਯਾਰ ਖੁਸ਼ੀ ਸਮੈਸ਼ ਮਾਰ ਗਿਆ ਉਧਰੋਂ ਛੇ ਦੋ ਚੇਂਜ ਛੇ ਦੋ ਚੇਂਜ ਰੰਮੀ ਗਰਿਆਲ ਆਹ ਨੌ ਲੜੀ ਵਾਲੇ ਜੱਟ ਆ ਗਏ ਇੱਧਰ ਲਾਈਵ ਤੇ ਰੰਮੀ ਗਰਿਆਲ ਹੋਰੀ ਪ੍ਰੀਤਮ ਬਾਈ ਬਹੁਤ ਬਹੁਤ ਧੰਨਵਾਦ ਸੋਢੀ ਸੋਢੀ ਕਿਵੇਂ ਜੱਟ ਗਵਾਂਢੀ ਪਿੰਡ ਹੈ ਮਤਾ ਧੰਨਵਾਦ ਹੈ ਉਸ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਤੁਸੀਂ ਕਹਿੰਦੇ ਧੰਨ ਧੰਨ ਕਰਵਾ ਦਿੱਤੀ ਹੈ ਜਵਾਨੀ ਬਾਰ ਬਾਰ ਆਉਣੀ ਨਾ ਮੱਲਾ ਮਾਰ ਲੈ ਜਵਾਨਾ ਜਵਾਨੀ ਬਾਰ ਬਾਰ ਆਉਣੀ ਨਾ ਵੀ ਲਾ ਕੇ ਬਰਸੀ ਮਗਰ ਉੱਡਦੀਆਂ ਮੱਕੀਆਂ ਨੇ ਬਦਲੇ ਦੀ ਸਿਹਤ ਬਾਰੇ ਕਰਦੇ ਤਰੱਕੀਆਂ ਨੇ ਤੇ ਲਾਲਚੀ ਦੇ ਕੀੜੇ ਦੇ ਨੇ ਰਜਾਈ ਹੁੰਦੇ ਨੇ ਸਤਾਰਵੇਂ ਤੇ ਲੈ ਕੇ ਵੀਰੇ ਉੱਨੀ ਮੇਰਾ ਅੱਧ ਸਾਲ ਸਾਂਭਣ ਵਾਲੇ ਜ਼ਿੰਦਗੀ ਦੇ ਢਾਈ ਹੁੰਦੇ ਨੇ ਸਤਾਰਵੇਂ ਤੇ ਲੈ ਕੇ ਵੀਰੇ ਉੱਨੀ ਮੇਰਾ ਬਾਈ ਸ਼ੇਅਰ ਕਰੋ ਤਰਸੇਮ ਬਾਈ ਸਾਰੇ ਭਰਾ ਜ਼ਿੰਦਗੀ ਦੇ ਚੁੱਕਿਆਂ ਵਾਲਿਓ ਮੁੰਡਿਓ ਦਵਿੰਦਰ ਬਰਾੜ ਬਾਈ ਪ੍ਰੀਤਮ ਸਾਰੇ ਭਰਾ ਸ਼ੇਅਰ ਜ਼ਰੂਰ ਕਰੋ ਵੀਰੇ ਬੇਨਤੀ ਆ ਉਧਰ ਪਹਿਲਾ ਨਾਮ ਇੱਥੇ ਦਿੰਦਾ ਚੰਨੀ ਫਿਰ ਦੋ ਦੋ ਸ਼ੇਅਰ ਕਰਿਓ ਮੇਰੇ ਬਾਈ ਖਿੱਚ ਕੇ ਭਰਾਵਾਂ ਵੱਲੋਂ 30,000 ਰੁਪਇਆ ਪਹਿਲਾ ਨਾਮ ਦਿੱਤਾ ਗਿਆ ਇਹ ਪਿਆਰ ਹੈ ਕਹਿੰਦੇ ਰਵੀ ਦੇ ਨਾਲ ਵੱਡੇ ਵੱਡੇ ਪ੍ਰਮੋਟਰਾਂ ਦੇ ਨਾਲ ਕਹਿੰਦੇ ਰਵੀ ਬੀਲੇ ਵਾਲੇ ਦੀ ਜਾ ਰਹੀ ਹੈ ਦੂਜਾ ਨਾਮ ਰਵੀ ਬਾਈ ਸਾਡਾ ਨਾਲ ਗੁਰਪ੍ਰੀਤ ਤੇ ਹਰਮਨ ਯੂਐਸਏ ਇਹਨਾਂ ਭਰਾਵਾਂ ਵੱਲੋਂ ਕਹਿੰਦੇ 21,000 ਹੈ ਤੀਜਾ ਨਾਮ ਗੈਰੀ ਕਨੇਡਾ ਸਾਡਾ ਠੱਕਰ ਵਾਲੇ ਤੇ ਹੋਬੀ ਬਿਲਾ ਮਹਿੰਦਰਪਾਲ ਜੀ ਰਾਣਾ ਪਿੰਡ ਬਾਬਾ ਧੰਨਵਾਦ ਚੌਥਾ ਨਾਮ ਪਰਮਵੀਰ ਤੇ ਦਿਲਪ੍ਰੀਤ ਬਾਈ ਸਾਡੇ 72,000 ਰੁਪਇਆ ਖਿੱਚੋ 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 ਕੰਮ ਨੂੰ ਬਾਈ ਮਹਿੰਦਰਪਾਲ ਜੀ ਮੇਸ਼ਪਾਲ ਬਾਬਾ ਧੰਨਵਾਦ ਸੰਦੀਪ ਕੁਮਾਰ ਮਨਪ੍ਰੀਤ ਬਰਾੜ ਬਾਈ ਸ਼ੇਅਰ ਕਰਿਓ ਬੇਨਤੀ ਹੈ ਸ਼ੇਅਰ ਕਰਿਓ ਬੇਨਤੀ ਹੈ ਬਾਈ ਅਰਸ਼ਦੀਪ ਬਹੁਤ ਬਹੁਤ ਧੰਨਵਾਦ ਥੈਂਕ ਯੂ ਅਰਸ਼ਦੀਪ ਗੁਰਪ੍ਰੀਤ ਸਿੱਧੂ ਨਿੱਕਾ ਬਾਈ ਚੰਦਰ ਵਿਨਾਇਕ ਸੰਦੀਪ ਕੁਮਾਰ ਯਸ਼ਪਾਲ ਗਰੇਵਾਲ ਜੀ ਜਰਮਨ ਧੰਨਵਾਦ ਧੰਨਵਾਦ ਯੋਗਦਾਨ ਨੇ ਬਿੰਦਾ ਕਨੇਡਾ ਜੀ ਸਾਡੇ 3100 ਰੁਪਇਆ ਤੇ ਨਾਲ ਸਾਡੇ ਸਰਦਾਰ ਮੇਜਰ ਸਿੰਘ ਜੀ ਦੋਜੀ ਡਾਕਟਰ ਕਾਲੀਆ ਜੀ ਉਹਨਾਂ ਦੀ ਵੱਡੀ ਹਾਜ਼ਰੀ ਹੈ 3300 ਦੇ ਯੋਗਦਾਨ ਹੈ ਨਾਲ ਮਣੀ ਬਾਈ ਹੈ ਸਾਡਾ 2100 ਰੁਪਇਆ
ਹਰਮਨ ਕੌਰ ਜੀ ਸਾਡੇ ਕੀ ਸਰਤੀਆ ਅਮਨ ਧਾਂਦਰਾ 1100 ਦੇ ਜੁੜਦਾ ਨੇ, ਹੀਰਾ ਜੱਸੋਵਾਲ ਜੀ 1100 ਰੁਪਿਆ ਤੇ ਸੇਠੀ ਸਾਡਾ ਰਹਿੰਦਾ ਕਨੇਡਾ ਲੈ ਜਿਹੜਾ ਹੋਇਆ 2100 ਦੇ ਯੋਗਦਾਨ ਹੈ ਸਾਡੇ ਭਰਾ ਦੇ। ਸਾਰੇ ਵੀਰਾਂ ਦਾ ਆਪਾਂ ਵੱਡਾ ਧੰਨਵਾਦ ਕਰਾਂਗੇ। ਲੋਕ ਵੱਡਾ ਮੈਚ ਹੈ ਤੇ ਨਾਲ ਹਰਮਨ ਕੈਪੁਰੀਆ ਭਰਾ ਸਾਡਾ ਵੱਡਾ ਵੀਰ ਦਵਿੰਦਰ ਬਰਾੜ ਦਾ ਜਿਹਤਾ ਖੁਸ਼ੀ ਘਟਿਆ ਵਾਲੀ ਟੱਪੀ ਪਵਾਈ ਜਾਂਦਾ ਉਧਰ ਮੁੰਡਿਓ ਰੰਮੀ ਗਰੇਵਾਲ ਬਾਬਾ ਧੰਨਵਾਦ ਜੀ ਗੁਰਦੇਵ ਵਿਰਕ ਹਾਂਜਾਂ ਜੀ ਅਗਲਾ ਮੈਚ ਕਾਲੀ ਵਾਲਾ ਤੇ ਚੁੱਕੇ ਸੈਕੰਡ ਸੈਮੀ ਹਾਂਜੀ ਲਵਪ੍ਰੀਤ ਸੰਧੂ 5 ਗਰੇ ਆਸਟ੍ਰੇਲੀਆ ਸੰਧੂ ਸਾਹਿਬ ਪੰਜਾਬ ਹੀ ਹੋ ਗਏ ਚੜ ਗਈਆਂ ਫਲਾਈਟਾਂ ਦੱਸੋ ਜੀ ਮਾੜਾ ਜਾ ਨਾਲ ਕਹਿੰਦੇ ਸਤਨਾਮ ਬਾਈ ਵੀ ਆ ਗਿਆ ਨਾ ਬੜਾ ਸੋਹਣਾ ਹੈ ਸਤਨਾਮ ਬਾਈ ਵੀ ਆ ਗਿਆ ਗਰੇਵਾਲ ਗਰੀਬਾਂ ਦਾ ਮਸੀਹਾ ਕਹਿੰਦੀ ਹੈ ਦੁਨੀਆ ਸਮਾਜ ਸੇਵੀ ਕੰਮਾਂ ਦੇ ਵਿੱਚ ਬਹੁਤ ਵੱਡਾ ਨਾਮ ਜੈ ਦੇ ਮਿਛਾਣਾ ਬਾਬਾ ਧੰਨਵਾਦ ਖੇਡਾਂ ਦੀ ਦੁਨੀਆ ਨੂੰ ਕਹਿੰਦੇ ਬਹੁਤ ਪਿਆਰ ਕਰਦਾ ਹੈ ਤੇ ਗਰੇਵਾਲ ਪਰਿਵਾਰ ਦਾ ਇਸ ਇਲਾਕੇ ਦੇ ਲਈ ਇਸ ਨਗਰ ਦੇ ਲਈ ਬਹੁਤ ਵੱਡਾ ਸਹਿਯੋਗ ਹੈ ਤੇ ਜੀਤੀ ਗਰੇਵਾਲ ਉਹ ਭਰਾ ਵੀ ਭੁੱਜ ਗਿਆ ਬਹੁਤ ਵੱਡੀ ਹਾਜ਼ਰੀ ਹੈ ਵੈਲਕਮ ਜੀ ਹੈ ਆਖਾਂਗੇ ਤੇ ਨਾਲ ਸਾਡਾ ਸਤਨਾਮ ਬਾਈ ਵੀ ਆ ਗਿਆ ਬਾਬਾ ਧੰਨਵਾਦ ਜੀ ਲੱਗਣ ਗੀਆਂ ਟਿਕਾਣੇ ਆਓ ਖੇਡ ਮੈਦਾਨ ਦੇ ਵਿੱਚ ਬੀਲੇ ਦਾ ਮੇਲਾ ਚੱਲਦਾ ਹੈ ਬੀਲੇ ਦਾ ਮੇਲਾ ਚੱਲਦਾ ਹੈ ਆ ਜਾ ਚੜਦਾ ਹੈ ਨੰਬਰਦਾਰਾ ਨੰਬਰ ਦੱਸ ਦੇ ਸੋਹਣਿਆ ਕਿੰਨੇ ਵਾਜੀ ਬਾ ਫਿਰ ਹਨਿਆਰੀ ਵਾਲਾ ਕੰਪਿਊਟਰ ਜੱਜ ਬਰਾੜ ਵਧੀਆ ਵਧੀਆ ਜੱਜ ਪੜ ਦੱਸ ਦੇ ਜੱਜ ਇੱਕ ਮਿੰਟ ਜੱਜ ਬਰਾੜ ਵਧੀਆ ਵਾਲੀਆ ਕਿਵੇਂ ਜੱਟਾ ਬੱਲੀ ਕਨੇਡਾ ਜੀ ਬਾਬਾ ਧੰਨਵਾਦ ਦੋ ਸੱਤ ਇੱਧਰ ਦੋ ਪੁਆਇੰਟ ਭੰਡਾਰੀ ਦੇ ਸੱਤ ਪੁਆਇੰਟ ਉੱਧਰ ਘੱਟਾਂ ਵਾਲੀ ਦੇ ਇੱਧਰ ਦੋ ਇੱਧਰ ਸੱਤ ਆ ਜੀ ਸੱਤ ਘੱਟਾਂ ਵਾਲੀ ਦੇ ਦੋ ਭੰਡਾਰੀ ਗੱਲ ਸੁਣ ਲੈ ਜੱਜ ਬਰਾੜ ਨਰਮਾ ਬੀਜ ਗੁਬਾਰਾ ਹੋਜੂ ਫਸਲ ਬਥੇਰੀ ਵੇ ਸੂਰ ਸਮਾਜ ਨਹੀਂ ਤੇ ਮਰਜ਼ੀ ਤੇਰੀ ਵੇ ਕਹਿੰਦੇ ਨੰਬਰਦਾਰਾਂ ਦਾ ਮੁੰਡਾ ਆਇਆ ਹੋਇਆ ਉਧਰ ਚੰਨੀ ਖੇੜਾ ਜੀ ਸਾਡੇ ਉਹਨਾਂ ਦੇ ਫਾਦਰ ਸਾਹਿਬ ਪੁੱਜੇ ਹੋਏ ਹੈ ਬਹੁਤ ਵੱਡਾ ਧੰਨਵਾਦ ਹੈ ਸਰਦਾਰ ਬਿੰਦਰ ਸਿੰਘ ਜੀ ਖੇੜਾ ਸਾਹਿਬ ਚੰਗੇ ਤੌਰ ਤੇ ਆਏ ਹੈ ਵੱਡਾ ਧੰਨਵਾਦ ਆਪਾਂ ਕਰਾਂਗੇ ਮੋਸਟ ਵੈਲਕਮ ਜੀ ਹੈ ਚੰਨੀ ਬਾਈ ਸਾਡਾ ਛੋਟੂ ਮਾਇਰਾ ਨਹੀਂ ਆਇਆ ਵੀਰੇ ਪ੍ਰੀਤਮ ਉਹਨਾਂ ਦੇ ਫਾਦਰ ਸਾਹਿਬ ਪੁੱਜੇ ਹੋਏ ਹੈ ਬਿਲਕੁਲ ਬਿਲਕੁਲ ਰਿਸ਼ਤੇਦਾਰੀ ਇਸ ਨਗਰ ਦੇ ਵਿੱਚ ਤੇ ਆਪਾਂ ਮੋਸਟ ਵੈਲਕਮ ਜੀ ਆਇਆ ਆਖਾਂਗੇ ਬਹੁਤ ਵੱਡਾ ਸਹਿਯੋਗ ਕਹਿੰਦੇ ਚੰਨੀ ਖੇੜੇ ਦਾ ਅੱਜ ਪਹਿਲਾ ਨਾਮ ਦਿੱਤਾ ਗਿਆ ਜੋਤੀ
ਵੀ ਬੋਲੋ ਜਤਿੰਦਰ ਬੋਲੋ, ਇੱਧਰ ਵੀ ਬੋਲੋ ਦਵਿੰਦਰ ਬੋਲੋ, ਯਾਰੀ ਪੱਕੀ ਹੈ ਸੁਲੇਸ ਵਾਲੇ ਸਿੱਧੂ ਦੇ ਵਧੀਰ ਮੰਗਾਲਾ ਬਾਬਾ ਧੰਨਵਾਦ ਵਧੀਰ ਸਦਰ ਦੋਸਤਾਂ ਦੇ ਪਹਿਲੇ ਹੋਰ ਯਾਰੀ ਚਾਚੇ ਮਨੀਲਾ ਰਹਿੰਦਾ ਸਾਡਾ ਭਰਾ, ਉਹ ਕਹਿੰਦਾ ਵੀ ਜੇ ਪੜਿਆਰੀ ਵਾਲਾ ਸਾਨੂੰ ਆ ਮੈਂ ਜਿੱਤ ਗਿਆ ਤੇ ਚੌਵੀ ਨੂੰ ਫੁੱਲਾਂ ਵਾਲਾ ਕੱਪ ਹੈ 1100 ਦੇ ਨਾਲ ਆਪਾਂ ਵੱਡੇ ਮਾਣ ਕਰ ਲੈਗੇ। ਨਵੀਂ ਸੇਖੋ ਸਾਡਾ ਭਰਾ ਵੱਡੇ ਐਲਾਨ ਕਰਾ ਰਿਹਾ, ਫੁੱਲਾਂ ਵਾਲੀ ਵੀ ਕਹਿੰਦੇ ਸਿਰੇ ਦਾ ਕੱਪ ਕਰਾਉਂਦੇ ਹੈ, 24 ਤਰੀਕ ਦਾ ਇੰਤਜ਼ਾਰ ਹੈ। ਫੁੱਲਾਂ ਦੇ ਵਿੱਚ ਕਹਿੰਦੇ ਉਹ ਬਾਲੀਵਾਲ ਦਾ ਫੁੱਲ ਖਿੜਦਾ ਹੈ, ਪੜਾਕੇ ਪੈਣਗੇ। ਨਵੀਂ ਸੇਖੋ ਸਾਡਾ ਭਰਾ ਸੱਦੇ ਦਿੰਦਾ, ਫੁੱਲਾਂ ਲੱਗਣਗੀਆਂ ਟਿਕਾਣੇ, ਹਾਂ ਫੁੱਲਾਂ ਟਿਕਾਣੇ ਲੱਗਣਗੀਆਂ ਫੁੱਲਾਂ ਦੀ ਧਰਤੀ ਤੇ ਵੀ। ਤੇ ਕੱਲ ਨੂੰ ਕਹਿੰਦੇ ਮੋਟਰਸਾਈਕਲ ਦੇ ਨਾਲ ਪਟਾਕੇ ਕੱਲ ਨੂੰ ਆਲ ਮਲੇ ਪੈਣੇ ਨੈਣੇ ਵਾਲੀਆ ਉਧਰ ਕਿੰਗਰਿਆਂ ਵਾਲਾ ਗਰਭੇਜ ਵੀ ਆ ਗਿਆ ਲਾਈਵ ਤੇ, ਸ਼ੇਅਰ ਨੀ ਕਰਦੇ ਮੁੰਡਿਓ, ਖਿੱਚ ਕੇ ਕਰੋ ਖਾ ਸ਼ੇਅਰ ਬਾਈ। ਜਸਵੀਰ ਬਰਾੜ ਆਲਮਾਲਾ ਕੱਲ ਨੂੰ ਬਾਗੇ ਪੁਰਾਣੇ ਕੋਲੇ ਸੰਘਾ ਮਠਾੜੂ ਬਾਬਾ ਧੰਨਵਾਦ ਗੁਰਪੇਜ ਕਿੰਗਰਾ ਨਹੀਂ ਨਹੀਂ ਉਹ ਨੀ ਜਸਵੀਰ ਬਾਗੇ ਪੁਰਾਣੇ ਕੋਲੇ ਆਏ ਆਲਮਾਲਾ ਬਾਗੇ ਪੁਰਾਣੇ ਕੋਲੇ ਬਹੁਤ ਵੱਡਾ ਧੰਨਵਾਦ ਹੈ ਮੇਰੇ ਵੀਰੋ, ਗੱਲਾਂ ਕਹਿੰਦੇ ਟਿਕਾਣੇ ਨੇ ਐਨ ਚਰਦੇ ਫਿਰਦੀਆਂ, ਕਹਿੰਦੇ ਨੈਣੇ ਵਾਲੀਆਂ ਬੂਟਾ ਆਇਆ ਹੋਇਆ ਹੈ, ਐਨ ਕਹਾਣੀ ਕਹਿੰਦੇ ਟਿਕਾਣੇ ਲੱਗਦੀ ਆ ਨੈਣੇ ਵਾਲੀ ਆਇਆ ਹੋਇਆ ਹੈ। ਆਓ ਜੁੰਮੇ ਬਰੋ ਤੱਕਰੋ ਐਨ ਅੱਜ ਕੱਲ ਸੋਰ ਦਾ ਬਹੁਤ ਵੱਡਾ ਹੈ, ਤੁਹਾਡੇ ਵਾਲਾ ਕਹਿੰਦੇ ਦੱਸੀ ਆ ਜ਼ਰੂਰ ਅਪਡੇਟ ਕਰਾਂਗੇ। ਮਨਪ੍ਰੀਤ ਔਲਖ ਓਕੇ ਓਕੇ ਮਨਪ੍ਰੀਤ ਔਲਖ ਗੁੱਡ ਜੋਬ ਨੱਪੀਓ ਨੱਪੀਓ ਕੰਮ ਨੂੰ ਖਤ ਕੇ ਜਸਵੀਰ ਬਰਾੜ ਉੱਡਣਗੇ ਡੋਰੀਏ ਐਨ ਸਰਾਉਣਾ ਚੋਟੀ ਦਾ ਮੈਚ ਲੈਂਦਾ ਇਸ ਤੋਂ ਬਾਅਦ ਕਾਲੀ ਵਾਲਾ ਤੇ ਮੈਚ ਚੁੱਗਿਆਂ ਦਾ ਹੋਣਾ, ਇਸ ਤੋਂ ਬਾਅਦ ਕਾਲੀ ਵਾਲਾ ਤੇ ਚੁੱਗਿਆਂ ਦਾ ਸਾਗਰ ਸਹੀ ਮਿਲ ਬਹੁਤ ਧੰਨਵਾਦ ਜਸਵੀਰ ਬਰਾੜ ਬਹੁਤ ਧੰਨਵਾਦ ਜੀ, ਕਰੀਓ ਕਰੀਓ ਸ਼ੇਅਰ ਖਿੱਚ ਕੇ ਨੱਪੀਓ ਕੰਮ ਨੂੰ ਜਸਵੀਰ ਬਰਾੜ ਬਹੁਤ ਧੰਨਵਾਦ ਨੱਪੀਓ ਨੱਪੀਓ ਕੰਮ ਨੂੰ ਨਾਲ ਸਤਨਾਮ ਬਾਈ ਹੈ ਵੱਡੀ ਜਿਹੜੀ ਹਾਜ਼ਰੀ ਹੈ ਭਰਾਵਾਂ ਦੀ, ਆਓ ਸਾਹਮਣੇ ਐਨ ਸਰਾਉਣਾ ਰਾਜਪਾਲ ਬਾਗੜੀ ਮੁੰਡਾ ਕਹਿੰਦੇ ਹਰਿਆਣੇ ਵਾਲਾ ਹੈ, ਆਓ ਮੁੰਡਾ ਹਰਿਆਣੇ ਐਂਡ ਐਂਡ ਇਹਦੇ ਮਾਣ ਵੀ ਗੱਡੀਆਂ ਦੇ ਨਾਲ ਹੋਇਆ ਹੈ, ਭੰਡਾਰੀ ਵਾਲੇ ਦਾ ਮਾਣ ਕਹਿੰਦੇ ਬੁਲਟ ਦੇ ਨਾਲ ਹੋਇਆ ਹੈ, ਰਵਿੰਦਰ ਗਿਰਸੇਲ ਨੇ ਬੁਲਟ ਦਿੱਤਾ ਹੈ, ਆਓ ਚੰਨੀ ਖੇੜੇ ਵਰਗਿਆਂ ਨੇ ਜਗਪਾਲ ਵਰਗਿਆਂ ਨੇ ਇੱਕ ਮੋਟਰਸਾਈਕਲ ਮਾਣ ਸਨਮਾਨ ਦੇ ਵਿੱਚ ਦਿੱਤਾ ਹੈ, ਆਓ ਗੱਲਾਂ ਕਹਿੰਦੇ ਵੱਡੀਆਂ ਹੈ। ਇੱਧਰ ਵਾਸੀਆਂ ਦੇ ਮਣੀ ਦਾ ਮਾਣ ਵੀ ਗੱਡੀ ਦੇ ਨਾਲ ਹੋਇਆ ਹੈ, ਇੱਕ ਬੁਲਟ ਕਹਿੰਦੇ ਬੱਲੀ ਪੂਣੀ ਵਾਲਾ ਰਹਿੰਦਾ ਕਨੇਡਾ ਉਹ ਭਰਾ ਨੇ ਦਿੱਤਾ ਹੈ, ਕਹਿੰਦੇ ਟੀਮ ਵੱਡੀ ਖੇਡ ਰਹੀ ਹੈ, ਗੱਲਾਂ ਕਹਿੰਦੇ ਟਿਕਾਣੇ ਨੇ ਬੈਸ ਦੇ ਬਾਲਾ ਤਗੜਾ ਲੱਗਿਆ ਹੋਇਆ, ਦੂਜੇ ਦੀ ਧਰਤੀ ਹੈ ਜਿਲੋ ਲੁਧਿਆਣੇ ਦੀ ਧਰਤੀ ਹੈ ਵੀ ਅੰਦਰ ਤੇ ਸਰਫ ਹੈ ਗੁਰੂਆਂ ਦੀ ਧਰਤੀ ਹੈ ਤੇ ਫੋਕੇ ਵਾਲੇ ਫੌਜ ਵਿੱਚ ਹੈ ਰਾਵਾ ਧਰਤੀ ਹੈ
ਮਾਰਦੇ ਦੇ ਮਸਲਾ ਲੁਧਿਆਣੇ ਅੱਠ ਚੰਡੀਗੜ੍ਹ ਆਸ਼ਕੀ ਤੇ ਮੱਕੜਾਂ ਵੀ ਕਰੇ ਬਠਿੰਡੇ ਗੱਲਾਂ ਸੁਣਦੀ ਜਿਹੜੇ ਉਧਰ ਬਾਈ ਜੀਤੀ ਹਾਂਜੀ ਹਾਂਜੀ ਜਰੂਰ ਜੀ ਜਰੂਰ ਜਸਵੀਰ ਬਰਾੜ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਹਾਂ ਮੈਚ ਨੇ ਤਾਂ ਦੁੱਖ ਤੋੜ ਹੀ ਦੇਣਾ ਮਹਿੰਦਰਪਾਲ ਜੀ ਬਾਬਾ ਧੰਨਵਾਦ ਸੰਦੀਪ ਸਰਾ ਬਾਬਾ ਧੰਨਵਾਦ ਸੰਦੀਪ ਸਰਾ ਸਿੰਘਾਪੁਰ ਮੈਚ ਲੰਮਾ ਜਾਣਾ ਮੁੰਡਿਓ ਲੰਮਾ ਜਾਣਾ ਮੁੰਡਿਓ ਮਨੂ ਸੰਧੂ ਬਾਬਾ ਧੰਨਵਾਦ ਕੁਆਲਿਟੀ ਇੱਦੂ ਸਹੀ ਨੀ ਹੋ ਸਕਦੀ ਵੀਰੇ ਸੋਰੀ ਬ੍ਰੋ ਕੁਆਲਿਟੀ ਇੱਦੂ ਸਹੀ ਨੀ ਹੋ ਸਕਦੀ ਮੇਰੇ ਭਰਾ ਅੰਕਿਤ ਬਸ਼ਰੋਈ ਵਧੀਆ ਲਾਈਵ ਚੱਲੀ ਜਾਂਦਾ ਮੇਰੇ ਵੀਰ ਮੈਨੂੰ ਕੋਈ ਪ੍ਰੋਬਲਮ ਹੈ ਗੱਡੀ ਚ ਤੇਲ ਮੁੱਕਿਆ ਗਏ ਸੁਣੇ ਰਾਜਾ ਭਰਾ ਕਹਿੰਦੇ ਵੀ ਆਪਾਂ ਦੋਵੇਂ ਸੈਮੀ ਠੋਗੀ ਨੇ ਕੱਲ ਇਹਨੂੰ ਲਗਾਤਾਰ ਹੀ ਕਹਿੰਦੇ ਹੋਰ ਵੀ ਕੀ ਆ ਬਾਈ ਬੇਨਤੀ ਹੈ ਪ੍ਰਬੰਧ ਕਮੇਟੀ ਬਣੀ ਬਾਬਾ ਧੰਨਵਾਦ ਜੀ ਕਾਲੀਅਰ ਦੀਆਂ ਟੀਮਾਂ ਥੈਂਕ ਯੂ ਗਗਨਦੀਪ ਬਾਬਾ ਧੰਨਵਾਦ ਵੀਰੇ ਗਗਨਦੀਪ ਥੈਂਕ ਯੂ ਸੋ ਮਚ ਮਠਾੜੂ ਗਗਨ ਗਰੇਵਾਲ ਬਹੁਤ ਧੰਨਵਾਦ ਗਗਨ ਰਾਜਪਾਲ ਕਮਾਲ ਕਰ ਗਿਆ ਸੋਨੀ ਵਰਕ ਬਾਬਾ ਧੰਨਵਾਦ ਸੋਨੀ ਥੈਂਕ ਯੂ ਵੀਰੇ ਦੋ ਅਸਲ ਬੈਠੇ ਆ ਹਲੇ ਤਿੰਨ ਦਿਨ ਹੋਰ ਨਜ਼ਾਰਾ ਲੈਣਾ ਇਹਨਾਂ ਨੇ ਮੇਲੇ ਦਾ ਤੇ ਮੇਰਾ ਵੀਰ ਆਓ ਜੀ ਮਨੋਜ ਤੱਖੜ ਬਾਬਾ ਧੰਨਵਾਦ ਮਨੋਜ ਥੈਂਕ ਯੂ ਸੈਮੀ ਗੱਲ ਬਾਬਾ ਧੰਨਵਾਦ ਵੀਰੇ ਲਵਦੀਪ ਸਿੰਘੀਆਂ ਥੈਂਕ ਯੂ ਜਗਮੀਤ ਸਿੱਧੂ ਬਾਬਾ ਧੰਨਵਾਦ ਆਸਟ੍ਰੇਲੀਆ ਜਗਮੀਤ ਸਿੱਧੂ ਆਸਟ੍ਰੇਲੀਆ ਬਾਕੀ ਗੱਲ ਰੱਬ ਦੇ ਛੱਡੀ ਆ ਗੱਲ ਕਹਿੰਦੇ ਰੱਬ ਤੇ ਸੱਡੀ ਹੈ ਬਾਕੀ ਗੱਲਾਂ ਵੱਡੀਆਂ ਛੱਡੇ ਤੇ ਕਾਲੀ ਵਾਲਾ ਕਾਲੀਅਮ ਦੀ ਟੀਮ ਮੇਰੇ ਖਿਆਲ ਗਰਾਊਂਡ ਚ ਆ ਗਈ ਹੈ ਛੱਡੇ ਵਾਲੇ ਮੁੰਡੇ ਆਓ ਜੀ ਕਾਲੀਅਮ ਦੇ ਖਿਡਾਰੀ ਆ ਗਏ ਗਰਾਊਂਡ ਚ ਕਾਲੀਅਮ ਦੀ ਟੀਮ ਇੱਕ ਸਿਫਤ ਹੈ ਕਾਲੀਅਮ ਦੀ ਵੀ ਜਿਹੜਾ ਦੇਤਾ ਹੈ ਉਹਨੇ ਸਮੇਂ ਦੇ ਨਾਲ ਹੀ ਟੂਰਨਾਮੈਂਟ ਤੇ ਆ ਜਾਂਦੇ ਹੈ ਲਾਪਰੀ ਬਰਾੜ ਬਾਬਾ ਧੰਨਵਾਦ ਗਰਾਊਂਡ ਚ ਵੀ ਬੜੀ ਫੁਰਤੀ ਨਾਲ ਆਉਂਦੇ ਹੈ ਖੇਡ ਦੀ ਭਾਵਨਾ ਬੜੀ ਹੈ ਮੁੰਡਿਆਂ ਦੇ ਅੰਦਰ ਇਹ ਗੱਲ ਦਾ ਮੈਂ ਜਸ਼ਨ ਬਰਾੜ ਸਲਾਮ ਵੀ ਹੈ ਮੁੰਡਿਆਂ ਨੂੰ ਵੱਡਾ ਧੰਨਵਾਦ ਮੈਚ ਲੂਜ਼ ਕਰ ਗਿਆ ਵੀਰੇ ਕਾਲੀਅਰ ਦੀ ਟੀਮ ਗਰਾਊਂਡ ਚ ਆ ਕੇ ਖੜਤੀ ਹੈ ਬਾਬਾ ਧੰਨਵਾਦ ਜੀ ਬਾਈ ਜੀ ਬਾਲ ਦੇ ਦਈਏ ਆਪਾਂ ਮੁੰਡੇ ਆ ਗਏ ਗਰਾਊਂਡ ਚ ਭਨੇਰ ਜੀ ਫੜ ਦੱਸਦਾ ਇੱਕ ਮਿੰਟ ਹਨੀ ਫੜ ਫੜ ਕਿੰਨੇ ਕਿੰਨੇ ਹੋ ਗਏ ਬਾਈ ਹਨੀ ਪੰਜ ਛੇ ਸੱਤ ਸੱਤ ਪੰਜ ਸੱਤ ਆ ਜੀ ਇੱਧਰ ਪੰਜ ਉੱਧਰ ਸੱਤ
ਭਨਿਆਰੀ 5 7 ਪੁਆਇੰਟ ਪਾਲੀ ਸਾਈਡ ਘੱਟਾਂ ਵਾਲੀ ਇੱਧਰ 5 ਉੱਧਰ 7 ਵਧੀਆ ਵਧੀਆ ਗਰਨੈਪ ਬਰਾੜ 5-7 ਇੱਧਰ 5 ਉੱਧਰ 7 ਪ੍ਰੋਪਰ ਆ ਗਈ ਹੈ ਖੇਡ ਮੈਦਾਨ ਦੇ ਵਿੱਚ ਤੇ ਬੇਨਤੀ ਹੈ ਮੇਰੀ ਚੁੱਗਿਆਂ ਵਾਲੇ ਮੁੰਡੇ ਆ ਜਾਣਗੇ ਬਹੁਤ ਸੋਹਣਾ ਮੈਚ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਆ ਜਾਣਗੀਆਂ ਉਧਰ ਕਹਿੰਦੇ ਨਲੜੀ ਖੁਰਕ ਵਾਲੇ ਬਾਬਾ ਧੰਨਵਾਦ 26 ਤਰੀਕ ਜਿਹੜੀ ਹੋਣੀ ਹੈ ਨਲੜੀ ਦੇ ਮੇਲੇ ਦੀ ਕਰਿਓ ਕਰਿਓ ਸ਼ੇਰ ਇੱਧਰ 5 ਪੁਆਇੰਟ ਆ ਜੀ ਨਾਲ ਕਹਿੰਦੇ ਉਧਰ 7 ਪੁਆਇੰਟ ਨਲੜੀ ਖੁਰਕ ਦੇ ਵਿੱਚ ਵੱਡਾ ਮੇਲਾ ਖੇਡਿਆ ਜਾਣਾ ਹੈ ਮੈਨੂੰ ਵਟਸਐਪ ਤੇ ਮੈਸੇਜ ਭੇਜ ਜੱਜ ਵਟਸਐਪ ਤੇ ਮੈਸੇਜ ਭੇਜੀ ਵਟਸਐਪ ਤੇ ਮੈਸੇਜ ਭੇਜੀ ਮੈਸੇਜ ਵਧੀਆ ਜੀ ਵਧੀਆ ਇੱਕ ਮਿੰਟ ਜੀ ਅਗਲਾ ਨੰਬਰ ਮੁੰਡੇ ਦੌੜੇ ਕਿਉਂਕਿ ਮਿੱਤਰੋ ਮਾਰਦੇ ਆਹ ਮੁੰਡੇ ਅੱਜਦੇ ਵੇਰੇ ਲੱਗਦੇ ਨੇ ਇੱਕ ਪਾਸੇ ਮੁੰਡੇ ਕਹਿੰਦੇ ਹਰਿਆਣੇ ਵਾਲੇ ਨੇ ਹਾਂਜੀ ਹਾਂਜੀ ਵੀਰੇ ਇੱਕ ਮਿੰਟ ਵੇਟ ਕਰਿਓ ਮਾੜਾ ਜਾ ਬਾਰਡਰ ਦੇ ਇਲਾਕੇ ਦੀ ਆ ਇੱਕੋ ਜਿਹਾ ਰੰਗ ਫੇਰੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਉਧਰ ਵੀਰੇ ਕਰਦੇ ਅਪਡੇਟ ਦੋ ਨੰਬਰ ਗਰਾਊਂਡ ਤੋਂ ਜਿਹੜਾ ਵੀ ਲਾਈਵ ਗਿਆ ਉਧਰ ਕਰਾਂਗੇ ਅਪਡੇਟ ਵੇਟ ਕਰਿਓ ਮੈਨੂੰ ਕਿਰਪਾ ਕਰਕੇ ਇੱਧਰ ਇੱਕ ਨੰਬਰ ਵਾਲੀ ਬਾਲ ਦੇ ਦੋਗੀ ਜੱਗੀ ਇੱਕ ਨੰਬਰ ਵਾਲੀ ਬਾਲ ਦੇ ਦੋ ਬਈ ਕਿੱਧਰ ਤਿੰਨ ਚ ਖੇਡਣਾ ਕਿ ਇੱਕ ਚ ਖੁਸ਼ੀ ਦਾ ਸਨਮਾਨ ਮੋਟਰਸਾਈਕਲ ਕਿਆ ਬਾਤ ਹੈ ਸੁਣੋ ਜਰਾ ਕੰਨ ਕਰਕੇ ਦਵਿੰਦਰ ਬਰਾੜ ਯੂਐਸਏ ਆਓ ਜੱਟ ਦਾ ਕਹਿੰਦੇ ਦਿਲ ਬਹੁਤ ਵੱਡਾ ਹੈ ਦਵਿੰਦਰ ਬਰਾੜ ਕਹਿੰਦਾ ਵੀ ਜੇ ਘੱਟਿਆਲੀ ਵਾਲੇ ਮੁੰਡੇ ਜਿੱਤ ਗਏ ਤੇ ਜਿਹੜਾ ਨਿੱਟ ਤੇ ਖੇਡਦਾ ਮੁੰਡਾ ਖੁਸ਼ਦੀਪ ਉਹਦਾ ਮਾਣ ਆਪਾਂ ਮੋਟਰਸਾਈਕਲ ਦਾ ਕਰ ਦਾਂਗੇ ਤਾੜੀਆਂ ਦਵਿੰਦਰ ਬਰਾੜ ਵੱਡੇ ਲੈਣ ਕਰਾ ਦੇ ਖੁਸ਼ੀਆਂ ਘੱਟਿਆਲੀ ਦਾ ਸਮਾਨ ਨੰਬਰਦਾਰਾ ਦਵਿੰਦਰ ਬਰਾੜ ਪਹਿਲਾ ਮੋਟਰਸਾਈਕਲ ਤਰਖਾਣ ਵਾਲ ਦੇ ਮੁੰਡੇ ਨੂੰ ਦਿੱਤਾ ਹੈ ਫਿਰ ਮੋਟਰਸਾਈਕਲ ਜਸਵਿੰਦਰ ਢਿੱਲੋਂ ਨੂੰ ਵੀ ਦਿੱਤਾ ਹੈ ਫਿਰ ਮੋਟਰਸਾਈਕਲ ਕਹਿੰਦੇ ਭਣਿਆਰੀ ਵਾਲੇ ਸੰਧ ਨੂੰ ਬੁਲਟ ਦਿੱਤਾ ਹੈ ਫੰਮਾ ਵਾਲੀ ਸੁੱਖੂ ਨੇ ਵੀ ਬੁਲਟ ਨਾਲ ਮਾਰ ਕੀਤੇ ਹੈ ਤੇ ਬਬਲੂ ਨੇ ਵੀ ਕਹਿੰਦੇ ਬੁਲਟ ਨਾਲ ਮਾਰ ਕੀਤੇ ਹੈ ਤੇ ਦਵਿੰਦਰ ਬੋਦੀਆਂ ਦਾ ਸਾਰਾ ਘਰ ਪਵਾਇਆ 4-5 ਲੱਖ ਰੁਪਇਆ ਲੱਗਿਆ ਜੱਜ ਨੂੰ ਗੱਡੀ ਦਿੱਤੀ ਹੈ ਉਹ ਦਵਿੰਦਰ ਬਰਾੜ
ਜਿਹੜੀ ਗੱਲ ਕਹਿਤੀ ਉਹ ਪੱਕੀ। ਸਮਾਲ ਸਰ ਦੇ ਲਾਗੇ ਘਣੀਆਂ ਪਿੰਡ ਹੈ ਸਿਰਾ ਜੱਟਾ ਦੇ ਵਿੱਚ ਬਹੁਤ ਵੱਡਾ ਨਾਮ ਹੈ ਬ੍ਰਾਂਡ ਵੀਰ ਦਾ। ਜਿਹੜੀ ਗੱਲ ਕਹਿਤੀ ਗਰੀਬਾਂ ਦੇ ਨਾਲ ਖੜਦਾ ਹੈ ਜਿਹੜੀ ਗੱਲ ਕਹਿਤੀ ਉਹ ਫੱਟੇ ਚ ਗੱਡਿਆ ਕੱਲ ਜੂਹੇ ਤੋਂ ਜੁੜਿਆ ਹੋਇਆ ਬਈ ਜੀ ਚੁੱਕੇ ਵਾਲੇ ਮੁੰਡੇ ਵੀ ਆ ਗਏ ਜੱਸੀ ਮੁੰਡੇ ਜੀ ਕਰਾਈਏ ਮੈਂ ਸੁਣ ਆਪਾਂ ਕਾਪੀ ਪਹੁੰਚਦੀ ਕਰ ਰਹੀ ਬਾਬਾ ਧੰਨਵਾਦ ਜੀ ਮਨਦੀਪ ਬਾਬਾ ਧੰਨਵਾਦ ਸੁਖਮਦੇਰਿਆ ਜੀ ਕਰਿਓ ਕਰਿਓ ਬਾਬਾ ਧੰਨਵਾਦ ਜੀ ਮਨਦੀਪ ਬਾਬਾ ਧੰਨਵਾਦ ਕਰਿਓ ਕਰਿਓ ਸ਼ੇਰ ਭਰ ਕੇ ਲੈ ਗਏ ਸਾਡੀਆਂ ਖਾਲੀ ਰੋਡਾਂ ਨੇ ਗੱਲਾਂ ਜਿਹੜੇ ਹੁੰਦੀਆਂ ਨੇ ਮੇਰੇ ਮਿੱਤਰੋ ਐਨ ਕਿਤੇ ਖਾਣੀ ਟਿਕਾਣੀਆਂ ਮੈਂ ਕਿਤੇ ਸਿਰੇ ਦਾ ਬਾਹਰੋਂ ਦਾ ਘਰਵਾਰ ਕਰਦਾ ਮੈਂ ਅਚੇਤੇ ਤੌਰ ਤੇ ਦੇਖਿਆ ਬਈ ਜਸਪਾਲ ਗਰੇਵਾਲ ਬਾਬਾ ਧੰਨਵਾਦ ਜੀ ਧੰਨਵਾਦ ਧੰਨਵਾਦ ਡੁੱਡੀ ਨੀ ਆਇਆ ਸੁੱਖ ਬਧੇਰ ਡੁੱਡੀ ਨੀ ਆਇਆ ਦੇ ਮੈਚ ਉਧਰ ਚੱਲੂਗਾ ਵੀਰੇ ਨਹੀਂ ਚੱਲਿਆ ਜੇ ਨਹੀਂ ਚੱਲਿਆ ਮੈਚ ਜੀ ਗੋਪਾ ਮਾਨ ਨਹੀਂ ਆਇਆ ਵੀਰੇ ਰਵਿੰਦਰ ਮਾਨ ਗੈਵੀ ਯਾਰ ਮਨੂ ਸੰਧੂ ਕਰਾਂਗੇ ਅਪਡੇਟ ਵੀਰੇ ਕਰਾਂਗੇ ਅਪਡੇਟ ਲਖਵੀਰ ਗਿੱਲ ਵੱਡੀਆਂ ਰਿਸ਼ਤੇਦਾਰੀਆਂ ਮੋਢਿਆਂ ਦੇ ਵਿੱਚ ਔਰ ਸਾਹਮਣੇ ਮੋਢਿਆਂ ਵਾਲਾ ਜੱਸੀ ਐਟਮ ਕਹਿੰਦੀ ਦੁਨੀਆਂ ਬਾਲੀਬਾਲ ਦੀ ਧਾਂਦਰੇ ਦੇ ਅਮਨ ਦੇ ਨਾਲ ਕਹਿੰਦੇ ਬੜਾ ਪਿਆਰ ਹੈ ਜੱਸੀ ਦਾ ਓਕੇ ਓਕੇ ਲਖਵੀਰ ਗਿੱਲ ਲਖਵੀਰ ਗਿੱਲ ਜੀ ਬਾਬਾ ਧੰਨਵਾਦ ਰਣਜੀਤ ਖਿੰਦਾ ਗੁਰਪਿੰਦਰ ਸਿੱਧੂ ਸੁੱਖ ਬਧੇਰ ਵੀਰੇ ਗੁਰੀ ਉਹ ਮੈਚ ਕਰਾਂਗੇ ਅਪਡੇਟ ਵੇਟ ਕਰਿਓ ਚੰਦਰਪਾਨ ਨੋਖਵਾਲ ਥੈਂਕ ਯੂ ਕਰਦੇ ਅਪਡੇਟ ਵੀਰੇ ਉਧਰ ਲਾਈਵ ਵੀ ਕਰਦੇ ਅਪਡੇਟ ਵੇਟ ਕਰਿਓ ਮਾੜਾ ਜਾ ਪੁਆਇੰਟ ਦੱਸਦੇ ਜੀ ਦੱਸਦੇ ਅਜਮੇਰ ਚੀਮਾ ਵੇਟ 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 ਕੁਲਵੀਰ ਕੌਣੀ ਅਰਸ਼ੂ ਲਵੀ ਮੁੰਡੇ ਸ਼ੇਅਰ ਕਰਿਓ ਸ਼ੇਅਰ ਕਰਿਓ ਅਗਲਾ ਹੀ ਚੁਣੌਤੀ ਬਣ ਕੇ ਖੜ ਗਿਆ ਤੇ ਆਹ ਨੰਬਰ ਦੇ ਬਾਅਦ ਤੇ ਹਲੇ ਕਈ ਨੰਬਰ ਜੋੜ ਰਿਹਾ ਗੁਰਪਿੰਦਰ ਸਿੱਧੂ ਬਾਬਾ ਧੰਨਵਾਦ ਜੀ ਸ਼ੁਕਰੀਆ ਅੰਮ੍ਰਿਤਪਾਲ ਭੁੱਲਰ ਬਾਬਾ ਧੰਨਵਾਦ ਹਾਂਜੀ ਬਹੁਤ ਫੌਜੀ ਪੁਆਇੰਟ ਦੱਸੀ ਬਈ ਪੰਜ ਅੱਠ ਪੰਜ ਸੱਤ ਫਾਈਵ ਸੈਵਨ ਚੇਂਜ ਆ ਜੀ ਇੱਧਰ ਪੰਜ ਉੱਧਰ ਸੱਤ ਫਾਈਵ ਸੈਵਨ
ਪੰਜ ਸੱਤ ਬਾਬਾ ਧੰਨਵਾਦ ਜੀ ਪ੍ਰਗਟ ਜਸਪ੍ਰੀਤ ਬਾਬਾ ਧੰਨਵਾਦ ਜੀ ਕਰਿਓ ਕਰਿਓ ਸ਼ੇਰ ਪੰਜ ਸੱਤ ਥੈਂਕ ਯੂ ਗੁਰਪਿੰਦਰ ਸ਼ੋਕ ਕੰਬੋਜ ਜੱਗਾ ਗੱਲ ਹਾਂ ਜੱਗਾ ਗੱਲ ਬਾਈ ਸਹੀ ਗੱਲ ਦਵਿੰਦਰ ਝੋਟੀ ਵਾਲਾ ਨੀ ਆਇਆ ਜੀ ਗੁਰਵਿੰਦਰ ਹਾਂਜੀ ਜੀ ਲੱਖਾ ਗੱਲ ਬੀਬੀ ਡੋਰ ਸਹੀ ਗੱਲ ਲੱਖੇ ਸੁਖੀ ਪਨੇਰ ਬਾਬਾ ਧੰਨਵਾਦ ਜੀ ਗੋਪਾ ਮਾਨ ਨੀ ਆਇਆ ਜੀ ਇੱਧਰ ਪੰਜ ਉੱਧਰ ਸੱਤ ਆ ਜੀ 5-7 ਕੋਈ ਨੀ ਆਪਾਂ ਆਹ ਸੈਸ਼ਨ ਮੁੱਕੂਗਾ ਨਾ ਜਦੋਂ ਉਹਦੇ ਬਾਅਦ ਗੱਲ ਕਰਾਂਗੇ ਮਿਹਰਬਾਨੀ ਪਹਿਲਾਂ ਕਿਹਾ ਵੀ ਕੱਲ ਨੂੰ ਪਤਾ ਲੱਗੂ ਵੀ ਕਿਹਦੇ ਪੱਟਣ ਕਿੰਨਾ ਕੁ ਦੂਰ ਹੈ ਹਰ ਵੱਡੇ ਵੱਡੇ ਲਫਾਰੇ ਵਾਲਾ ਵੀ ਆ ਗਿਆ ਧੰਨਵਾਦ ਇਹਨਾਂ ਮੈਚਾਂ ਦਾ ਕਹਿੰਦੇ ਆਨੰਦ ਮਾਣਦਾ ਕਹਿੰਦੇ ਜੋਤ ਹਾਂਜੀ ਵੀਰੇ ਕਰੀਓ ਮੁੰਡੇ ਖਿੱਚ ਕੇ ਸਿਰ ਲਓ ਸਾਹਮਣੇ ਕਹਿੰਦੇ ਨਾਲ ਬੜਾ ਤਗੜਾ ਜਿਹੜੀ ਮੈਚਾਂ ਦੀ ਕਹਿੰਦੇ ਜੰਗ ਹੈ ਤੇ ਜੰਗ ਦੇ ਵੱਡੀ ਲੱਗ ਗਈ ਧੁਆ ਜੰਗ ਦੇ ਵੱਡੀ ਲੱਗ ਗਈ ਹੈ ਸ਼ੁਰੂ ਹੋਣ ਲੱਗਿਆ ਜੀ ਲਵੀ ਜੱਸੀ ਗ੍ਰਾਮ ਹੈ ਸ਼ੁਰੂ ਮੇਰਾ ਵੀਰ 5-7 ਵੀਰੇ ਇੱਧਰ 5 ਉੱਧਰ 7 ਵਾਹ ਜੀ ਵਾਹ ਪ੍ਰਭਜੋਤ ਮੋਮੀ ਬਾਬਾ ਧੰਨਵਾਦ ਰਵੀ ਆ ਗਿਆ ਜੱਸੀ ਟੀਮ ਆ ਗਈਆਂ ਦੋਵੇਂ ਬਸ ਠੀਕ ਹੈ ਜੀ ਕਰਾ ਦੇ ਜੱਸੀ ਸੁਣੇ ਵੀਰ ਕਰਾ ਦੇ ਕਿਹੜਾ ਮੈਚ ਸ਼ੁਰੂ ਸੰਦੀਪ ਯੂਕੇ ਹਾਂਜੀ ਜੀ ਵੀਰੇ ਯਾਰੀ ਫੱਟੇ ਚ ਕਹਿੰਦੇ ਕਿਲਰ ਕੀ ਕਹਿੰਦੇ ਪਿੱਥੋਂ ਵਾਲੇ ਸੀਰੇ ਦੇ ਨਾਲ ਹੈ ਤੇ ਰੁਪਿੰਦਰ ਜਲਾਲ ਦੇ ਨਾਲ ਕਹਿੰਦੇ ਮੋਢੇ ਵਾਲੇ ਦਾ ਬੜਾ ਪਿਆਰ ਹੈ ਸੰਦੀਪ ਯੂਕੇ ਹਾਂਜੀ ਜੀ ਵੀਰੇ ਟਾਲੀ ਵਾਲਾ ਤੇ ਗੱਲ ਕਹਿੰਦੇ ਗੁਰਜੀਤ ਟੁੰਟੇ ਸਮਝ ਨਹੀਂ ਲੱਗੀ ਜਾਂਦੀ 11 ਮਾਰਚ ਸਮਝਿਆ ਨੀ ਜਿਵੇਂ ਕੀ ਕਹਿ ਰਹੇ ਹੋ ਲਖਵੀਰ ਗੱਲ ਜੀ ਕਲੀਅਰ ਕਰਿਓ ਭਾਈ ਬੇਨਤੀ ਹੈ ਮੇਰੀ ਪ੍ਰਭਜੋਤ ਮੋਮੀ ਮੈਚ ਹੋ ਗਿਆ ਗੁਰਦੇਵ ਦਲਦੀਪ ਦਾ ਮੈਚ ਕਰਦੇ ਹਾਂ ਜੀ ਅਪਡੇਟ ਪ੍ਰਭਜੋਤ ਮੋਮੀ ਨਰਿੰਦਰਪਾਲ ਖੋਸਾ ਬਾਬਾ ਧੰਨਵਾਦ ਖੋਸਾ ਬਾਈ ਰਿੱਕੀ ਕਿਰਪਾਲੇ ਵਾਲੀਆ ਲੱਖਾ ਗੱਲ ਪੀਪੀ ਡੋਡ 6-7 ਹੋ ਗਏ ਇੱਧਰ 6 ਉੱਧਰ 7 6-7 6 ਪਨਿਆਰੀ 7 ਘੱਟਿਆਂ ਵਾਲੀ 6-7 ਹੋ ਗਏ ਇੱਧਰ 6 ਉੱਧਰ 7 ਕੈਲਪੁਰੀਆ ਹਰਮਨ ਜਿਹੜੇ ਵੀ ਮੇਲੇ ਤੇ ਆਉਂਦਾ ਹੈ ਕਾਲੀ ਵਾਲੇ ਦਾ ਕਰਾਂਗੇ ਜੀ ਅਪਡੇਟ ਬਾਬਾ ਧੰਨਵਾਦ ਲਾਪਰੀ ਸਰਾਂ ਗੁਰਦੇਵ ਵਿਰਕ ਬਾਬਾ ਧੰਨਵਾਦ ਜੀ ਵੱਡਾ ਮਾਣ ਜਿੰਨੇ ਵੀ ਭਰਾ ਲਾਏ ਹੋ ਪਿਆਰ ਧੰਨਵਾਦ ਲਈ ਵੀ ਕਰ ਗਿਆ ਤੇ ਚੂਜੀ ਲਈ ਵੀ 500 ਦੇ ਮਾਣ ਆ ਗਿਆ
ਧੰਨਵਾਦ ਇੱਕ ਪਾਸੇ ਮੁੰਡੇ ਆ ਗਏ ਜਿਹੜੇ ਕਾਲੀਆਂ ਨੂੰ ਤੁਰ ਗਿਆ ਹੈ ਤੇ ਸੇਨਾ ਵੀ ਬਾਹਲਾ ਫਿੱਟ ਹੈ ਪਿਛਲੇ ਬਿੱਲਿਆਂ ਦਾ ਕਹਿੰਦਾ ਜਿੱਥੇ ਧੁੱਕੀ ਕੱਢਣੀ ਹੈ ਪਰ ਉਧਰ ਦੇ ਖੜਕੇ ਖੜਕੇ ਵੱਡੇ ਹੋਏ ਪਏ ਆ ਪਟਾਕੇ ਪੈਣੇ ਪੂਰੇ ਉੱਤੇ ਨੰਬਰ ਪੁੱਛਣੀ 6-7 ਹੀ ਆ ਜੀ ਬਿਲਕੁਲ ਬਿਲਕੁਲ ਲੱਖੇ ਓਏ ਥਾੜ ਕਰਾਈ ਕਰੇ ਆਉਂਦੇ ਆ ਥਾੜ ਥਾੜ ਕਰਾਈ ਤੇ ਆਉਂਦੇ ਮੁੰਡੇ ਵਾਹ ਮੁੰਡੇ ਖਿੱਚੋ ਖਿੱਚੋ ਲੈਣੇ ਵਾਲੀ ਆ ਨੱਪੀ ਆਓ ਕੰਮ ਨੂੰ ਨਵਜੋਤ ਕਮੋਜ ਬਾਬਾ ਧੰਨਵਾਦ ਜੀ ਸਕੋਰ ਵੀਰੇ ਦੱਸ ਦੇ ਇੱਕ ਮਿੰਟ ਹਾਂਜੀ 8-7 7 ਬੱਲੀ ਕਨੇਡਾ ਜੀ ਦੁਬਾਰਾ ਕਰੋ ਕਮੈਂਟ ਬੇਨਤੀ ਆ ਭਣਿਆਰੀ ਵਾਲੇ ਜਿੱਤ ਗਏ ਬੱਲੀ ਕਨੇਡਾ ਜੀ 1100 ਦੇ ਨਾਲ ਮਾਣ ਆਪਾਂ ਭਣਿਆਰੀ ਵਾਲੇ ਸਾਲੂ ਦਾ ਕਰ ਦਾਂਗੇ ਫੁੱਲਾਂ ਦੇ ਮੇਲੇ ਤੇ 7-6 ਹੈ ਮੇਰੇ ਖਿਆਲ ਉਧਰ 7-6 ਨਾਲ ਮਾਸਟਰ ਫੁੱਲਾਂ ਸਾਰੇ ਭਰਾ ਕਹਿੰਦੇ ਹਾਂਜੀ ਧੰਨਵਾਦ ਰਵਿੰਦਰ ਵਰਗੇ ਬੱਲੇ ਹੋਏ ਹੈ ਵੱਡਾ ਧੰਨਵਾਦ ਹੈ ਬਹੁਤ ਵੱਡਾ ਮੈਚ ਬੱਲੇ 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 ਵਧਾਈਆਂ ਵਾਲਾ ਗੁੱਟ ਕਟਾਪਾ ਕਰਨਾ ਪੈਣਾ ਟਿਕਾਣੇ ਲੱਗੀਆਂ ਹੋਈਆਂ ਨੇ 7-6 ਤੇ ਨਾਲ ਹੀ ਸਾਡੇ ਚੰਨੀ ਸਰਪੰਚ ਚੇਅਰਮੈਨ ਦੀ ਬਹੁਤ ਬਹੁਤ ਧੰਨਵਾਦ ਜਸਪਾਲ ਜਰਮਨ ਬਾਈ ਬਹੁਤ ਧੰਨਵਾਦ ਜਸਪਾਲ ਜਰਮਨ ਨਾਲ ਨਿਰਮਲ ਸਿੰਘ ਦਿੰਮਾ ਜੀ 7-6 ਆ ਬਾਈ ਮੇਰੇ ਖਿਆਲ ਚ ਉਧਰ 7-6 ਬੁੱਟੇ ਪੁਆਇੰਟ ਪੁੱਛੀ ਯਾਰ ਇਹਨੂੰ ਮੜਾ ਹਣੀ ਨੂੰ 7-6 ਪਿੱਛੇ 7-6 ਉੱਧਰ ਇਹ ਮੈਚ ਦੇ 7-6 ਪੁੱਛੀ ਪੁਆਇੰਟ ਕਿੰਨੇ ਧੰਨਵਾਦ ਮੇਲਾ ਫੜ ਗਿਆ
ਬਾਬਾ ਧਰਵਾ ਜੀ ਗੁਰਦੇਵ ਵਿਰਕਾ ਭੁਪਿੰਦਰ ਬਾਈ ਸੈਮੀ ਸੈਮੀ ਪਹਿਲਾ ਸੈਮੀ ਸਾਧਰ ਸਾਹਿਬ ਆਏ ਹੋਏ ਵੱਡਾ ਧੰਨਵਾਦ ਹੈ। ਉਧਰ ਜੀਤੀ ਬਾਈ ਬੈਠਾ ਗਰੇਵਾਲ ਪਰਿਵਾਰ ਦਾ ਕਹਿੰਦੇ ਬਹੁਤ ਵੱਡਾ ਯੋਗਦਾਨ ਹੈ ਤੇ ਨਾਲ ਚੱਲ ਪਿਆ ਮੇਰੇ ਮੇਰੇ ਖਿਆਲ ਚ ਕਿ ਨਹੀਂ ਚੱਲ ਪਿਆ ਸ਼ਾਇਦ ਉਧਰ ਨਾਲ ਸਰਦਾਰ ਹਰਦੇਵ ਸਿੰਘ ਗਿਆਨੀ ਪ੍ਰਧਾਨ ਹੈ ਕਲੱਬ ਦੇ ਸੈਮੀ ਉਹ ਵੀ ਸੈਮੀ ਆ ਵੀ ਸੈਮੀ ਵਾਲੀਬਾਲ ਦਾ ਕੱਪ ਖੇਡਿਆ ਜਾ ਰਹੇ ਹੈ ਸਾਰੇ ਵੀਰਾਂ ਦਾ ਆਪਾਂ ਸਤਿਕਾਰ ਬਾਈ ਮੇਰੇ ਕੋਲੇ ਸ਼ੋਅ ਨਹੀਂ ਹੋਇਆ ਬੱਲੀ ਬਾਈ ਮੇਰੇ ਕੋਲੇ ਸ਼ੋਅ ਨਹੀਂ ਹੋਇਆ ਇਸ ਕਮੈਂਟ ਨੂੰ ਦੁਬਾਰੇ ਰਿਪਲਾਈ ਪਾ ਕੇ ਭੇਜਿਓ ਬਾਈ ਸ਼ੋਅ ਨਹੀਂ ਹੋਇਆ ਮੇਰੇ ਕੋਲ ਕਮੈਂਟ ਤੁਹਾਡਾ ਬੱਲੀ ਬਾਈ ਦਵਿੰਦਰ ਬਾਈ ਬਹੁਤ ਧੰਨਵਾਦ ਬੱਲੀ ਬਾਈ ਬਾਬਾ ਧੰਨਵਾਦ ਜੀ ਦੁਬਾਰੇ ਕਰੋ ਜੀ ਕਮੈਂਟ ਉਧਰ ਵੀਰੇ ਖੰਨੇ ਵਾਲਾ ਪੇਜ ਦੋ ਨੰਬਰ ਦੇ ਬੱਲੀ ਬਾਈ ਤੁਹਾਡਾ ਕਮੈਂਟ ਮੇਰੇ ਕੋਲ ਸ਼ੋਅ ਨਹੀਂ ਹੋਇਆ ਮੇਰੀ ਬੇਨਤੀ ਹੈ ਮੇਰੇ ਵੱਡੇ ਬਾਈ ਦੁਬਾਰੇ ਭੇਜ ਦਿਓ ਵੀਰੇ ਕਮੈਂਟ ਆਪਾਂ ਉਸੇ ਕਮੈਂਟ ਨੂੰ ਦੁਬਾਰੇ ਫੇਰ ਭੇਜੋ ਤੁਸੀਂ ਕੁਐਸਚਨ ਮਾਰਕ ਪਾ ਕੇ ਨਾ ਕੁਐਸਚਨ ਮਾਰਕ ਪਾ ਕੇ ਨਾ ਉਸੇ ਕਮੈਂਟ ਨੂੰ ਫੇਰ ਭੇਜੋ ਫਿਰ ਸ਼ੋਅ ਹੋ ਜਾਣਾ ਕਾਲੀ ਵਾਲੇ ਦਾ ਮੈਚ ਵੀ ਉਧਰ ਚੱਲ ਰਿਹਾ ਚੱਲ ਪਿਆ ਬੱਲੀ ਬਾਈ ਜਰੂਰ ਜਰੂਰ ਹੈਲੋ ਲਾ ਦੀ ਹਾਂਜੀ ਹਾਂਜੀ ਵੀਰੇ ਬਿਲਕੁਲ ਬਿਲਕੁਲ ਗੁਰਦੇਵ ਵਿਰਕ ਬਾਈ ਬਹੁਤ ਬਹੁਤ ਧੰਨਵਾਦ ਬੂਟੇ ਕਿਸਾਨਾਂ ਲਈ ਬੋਲਦੀ ਮੜਾ ਜਾ ਬੱਲੀ ਕਨੇਡਾ ਬਾਈ ਦਾ ਆਇਆ ਮੈਸੇਜ ਲੱਖਾ ਗਿੱਲ ਹਾਂਜੀ ਹਾਂਜੀ ਨਹੀਂ ਆਹ ਮੈਚ ਬਹੁਤ ਟਾਈਮ ਲੱਗ ਜਾਣਾ ਹਜੇ ਲੱਖੇ ਫਿਰ ਔਖਾ ਹੋ ਜਾਣਾ ਕੰਮ ਸੈਕਿੰਡ ਸੈਮੀ ਇੱਥੇ ਕਰਾਉਂਦੇ ਫਿਰ ਲੰਮਾ ਲੰਘ ਜਾਣਾ ਮੈਚ ਹਾਂਜੀ ਹਾਂਜੀ ਰੁਪਿੰਦਰ ਗਰੇਵਾਲ ਘੋਗਾ ਸਿਮਰਨ ਸੋਈ ਰੁਪਿੰਦਰ ਮਾਨ ਆਦਨੀਆਂ ਆਦਨੀਆਂ ਵਾਲੇ ਰੁਪਿੰਦਰ ਹੋਰੀ ਲਾਈਵ ਉਧਰ ਕੁਲਵਿੰਦਰ ਬਰਾੜ ਗੁਰਦੇਵ ਵਿਰਕ ਬਹੁਤ ਬਹੁਤ ਧੰਨਵਾਦ ਬਾਈ ਬੀਲੇ ਦਾ ਬ੍ਰਾਂਡ ਕੱਪ ਦੇਖ ਰਹੇ ਹੋ ਤੁਸੀਂ ਲਾਈਵ ਵੱਡੀਆਂ ਗੱਲਾਂ ਬਾਤਾਂ ਜੱਟਾਂ ਦੀਆਂ ਐਨ ਤਕੜੇ ਮੈਚ ਸੈਮੀ ਚੱਲ ਰਹੇ ਆ ਗੁਰੀ ਗੱਲ ਕਰਤਾ ਵੀਰੇ ਅਪਡੇਟ ਗੁਰਦੇਵ ਵਿਰਕ ਕੁਲਵਿੰਦਰ ਬਰਾੜ ਨੌ ਕਿ ਦਸ ਪੀਸੀ ਦਸ ਨੌ 97 ਹੈ 9 ਪੁਆਇੰਟ ਭਨਿਆਰੀ ਦੇ 7 ਪੁਆਇੰਟ ਘੱਟਿਆਂ ਵਾਲੀ ਇੱਧਰ 9 ਉੱਧਰ 7 ਸਾਹਿਲ ਮਰੋਕ ਬਹੁਤ ਬਹੁਤ ਧੰਨਵਾਦ
ਹਾਂਜੀ 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 ਕੋਟੜੇ ਵਾਲੇ ਕਾਲੇ ਹੋਰੀ ਲਾਈ ਬਹਾਦਰ ਭਰਾ ਸਾਡੇ ਹਾਂ ਬਾਬਾ ਧੰਨਵਾਦ ਜੀ ਗਰਾਊਂਡ ਦੇ ਨਾਲ ਕਹਿੰਦੇ ਬੜਾ ਪਿਆਰ ਹੈ ਸਮੇਂ ਵੀਰ ਦਾ ਤੇ ਰਵੀ ਬਾਈ ਦੱਸ ਰਿਹਾ ਵੀ ਆ ਗਰਾਊਂਡ ਤਿਆਰ ਕਰਨ ਦੇ ਲਈ ਘੋਗੜ ਬਾਈ ਦਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਵੀ ਭਰਾ ਚੇਚੇ ਤੌਰ ਤੇ ਆਇਆ ਵੱਡਾ ਧੰਨਵਾਦ ਆਪਾਂ ਕਰਾਂਗੇ ਤੇ ਗਰਾਊਂਡ ਵੀ ਕਹਿੰਦੇ ਬੜੀ ਸੋਹਣੀ ਲੱਗਦੀ ਹੈ ਗਰਾਊਂਡ ਸੋਹਣੀ ਹੋਰੀਆਂ ਦਾ ਖੇਡਣ ਨੂੰ ਜੀ ਕਰਦਾ ਹੈ ਸਾਡ ਚੰਗਾ ਨਹੀਂ ਕਰਦੇ ਯਾਰ ਬੁਲਾਰੇ ਦਾ ਕਹਿੰਦੇ ਸ਼ੇਅਰ ਨਹੀਂ ਕਰਦੇ ਮੁੰਡਿਓ ਬਹੁਤ ਵਧੀਆ ਸ਼ੇਅਰ ਕਰੋ ਮੁੰਡਿਓ ਖਿੱਚ ਕੇ ਤੇ ਗਰਾਊਂਡ ਵੀ ਕਹਿੰਦੇ ਬੜੀ ਵਧੀਆ ਹੈ ਤੇ ਘੋਗੜ ਬਾਈ ਦਾ ਕਹਿੰਦੇ ਦਿਲੋਂ ਧੰਨਵਾਦ ਹੈ ਰਵੀ ਕਹਿੰਦਾ ਗਹਿ ਗੱਡਵਾ ਧੰਨਵਾਦ ਹੈ ਉਹ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਖੇਡਾਂ ਚੇਂਜ ਹੋ ਗਈਆਂ ਉਧਰ ਨੌ ਇਧਰ ਮੈਨੂੰ ਲੱਗਦਾ ਵੀ ਸੱਤ ਹੀ ਹੈ ਨੌ ਸੱਤ ਹਣੀ ਨੌ ਸੱਤ ਖੇਡਾਂ ਚੇਂਜ ਹੋ ਗਈਆਂ ਨੌ ਤੇ ਸੱਤ ਦੀ ਟੱਕਰ ਹੈ ਉਧਰ ਹਰਪ੍ਰੀਤ ਬਰਾੜ ਬਾਬਾ ਧੰਨਵਾਦ ਦੀਪ ਬਰਾੜ ਸੰਦੀਪ ਕੁਮਾਰ ਦੀਪ ਬਰਾੜ ਬਹੁਤ ਧੰਨਵਾਦ ਹਰਪ੍ਰੀਤ ਬਰਾੜ ਸਾਹਿਲ ਮਰੋਕ ਸ਼ੁਕਰੀਆ ਸ਼ੁਕਰੀਆ ਵੀਰੇ ਆਓ ਬੱਲੇ ਆਓ ਬੱਲੇ ਇੱਧਰ ਆ ਗਏ ਮੁੰਡੇ ਘੱਟਣਾਲੀ ਵਾਲੇ ਖੁਸ਼ਦੀ ਬੁਰੀ ਦੂਜੀ ਸਾਈਡ ਭਨੇਰੀ ਵਾਲੇ ਮੁੰਡੇ ਗੁਰਦੇਵ ਵਰਕ ਭਾਈ ਬਹੁਤ ਧੰਨਵਾਦ ਇੱਥੇ ਰੱਖ ਵਾਰੀ ਸ਼ੇਅਰ ਕਰੀਓ ਭਰਾ ਬਣ ਕੇ ਅਰਮਾਨ ਹਰਮਨ ਸੁਣਾ ਧੰਨਵਾਦ ਧੰਨਵਾਦ ਹਰਮਨ ਬੈਠੇ ਸ਼ੇਅਰ ਨੀ ਕਰਦੇ ਇੱਥੇ ਰੱਖ ਕਲੋਜ਼ ਫਾਈਟਰ ਦਾ ਸਨਮਾਨ ਆ ਚਾਂਦੀ ਦੀ ਚੈਨ ਨਾਲ ਅਰਮਾਨ ਕਰਦਾ ਵੀਰੇ ਅਪਡੇਟ ਹਰੀਸ਼ ਕੰਬੋਜ ਬਾਬਾ ਧੰਨਵਾਦ ਇੱਧਰ ਸੱਤ ਉੱਧਰ ਨੌ 7-9 ਘੱਟੋ ਘੱਟ ਇੱਧਰ ਕਟਾਲੀ ਵਾਲੇ ਇੱਧਰ ਉੱਧਰ ਭਨਿਆਰੀ ਦੂਜੀ ਸਾਈਡ ਇੱਧਰ ਕਟਾਲੀ ਉੱਧਰ ਭਨਿਆਰੀ ਨੱਪੀ ਆਓ ਗਿੱਲੀ ਮੁੰਡਿਓ ਓ ਨੱਪੀ ਆਓ ਗਿੱਲੀ ਯਾਰੋ ਮੇਰਿਓ ਸਿੱਧੂ ਵਰਗੇ ਹਰ ਗਏ ਵੀਰੇ ਫਿਰੋਜ਼ ਬੀ ਟੀਮ ਹਰ ਗਈ ਬਹੁਤ ਵੱਡਾ ਧੰਨਵਾਦ ਵਾਹ ਮੁੰਡਿਓ ਇਸ ਤੋਂ ਬਾਅਦ ਫਾਈਨਲ ਹੈ ਧੰਨਵਾਦ ਹੈ ਬਾਈ ਇਸ ਤੋਂ ਬਾਅਦ ਫਾਈਨਲ ਮੈਂ ਘੋਗੜ ਫੀਲਾ ਘੋਗੜ ਫੀਲਾ ਬਹੁਤ ਬਹੁਤ ਧੰਨਵਾਦ ਹੈ ਵੀਰ ਦਾ ਜੀ ਜਿਹੜੇ ਵੀਰ ਨੇ ਗਰਾਊਂਡ ਬਣਾਉਣ ਦੇ ਵਿੱਚ ਵੀ ਬਹੁਤ ਮਦਦ ਕੀਤੀ ਤੇ ਰਾਹ ਦੇ ਵਿੱਚ ਵੀ ਬਹੁਤ ਧੰਨਵਾਦ ਜੀ ਬਹੁਤ ਮਦਦ ਕੀਤੀ ਹੈ ਘੋਗੜ ਫੀਲਾ ਸਾਡਾ ਵੀਰੋ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਰਾਹ ਬਣਾਇਆ ਉੱਧਰ ਬਹੁਤ ਜਾਣਾ ਭਾਈ ਵਟਸਐਪ ਤੇ ਮੈਸੇਜ ਕਰੋ ਵੀਰੇ ਕਾਲ ਨਾ ਕਰੋ ਭਰਾ ਬਣ ਕੇ ਵਟਸਐਪ ਤੇ ਮੈਸੇਜ ਕਰੋ ਵੀਰੇ ਸ੍ਰੀ ਜੀ ਆਸਾ ਵੀਰ ਸਾਡਾ ਜੋ ਐਸ ਵਾਲਾ
ਗੱਲਾਂ ਕਹਿੰਦੇ ਟਿਕਾਣੇ ਨੇ। ਮੈਨੂੰ ਲੱਗਦਾ ਜੀ ਆਹ ਸੀਜ਼ਨ ਦੇ ਵਿੱਚ ਸਾਰੇ ਭਰਾਵਾਂ ਨੇ ਅਗਲੇ ਗੇੜਾ ਮਾਰਿਆ ਮੇਰੇ ਵੀਰੋ, ਗੱਲਾਂ ਕਹਿੰਦੇ ਟਿਕਾਣੇ ਨੇ। ਬਾਹਰ ਬਗਲਾ ਧਾਨਰ ਕਰਨਾ ਉਹਦੇ ਸਹਿਯੋਗ ਹੁੰਦੇ ਆ ਭਰਾ ਸਭ ਐਨ ਆਰ ਆਈ ਵੀਰਾਂ ਦੇ ਸਿਰ ਤੇ ਕਹਿੰਦੇ ਵੱਡੇ ਮੇਲੇ ਜਿਹੜੇ ਬਿਲਕੁਲ ਬਿਲਕੁਲ ਜੀ, ਮੈਂ ਬਹੁਤ ਬਹੁਤ ਧਾਨਵਾਦ ਕਰਨਾ। ਅੱਜ ਵੀਲੇ ਦੀ ਧਰਤੀ ਆ ਵੀ ਮੇਰੇ ਪਿੰਡ ਦੇ ਰੱਬ ਦੀਆਂ ਮੇਹਰਾਂ ਨੇ, ਹਰ ਮਾਂ ਦਾ ਪੁੱਤ ਕਮਾਊਗਾ ਵੀ ਮੇਰੇ ਪਿੰਡ ਦੇ ਰੱਬ ਦੀਆਂ ਮੇਹਰਾਂ ਨੇ, ਹਰ ਮਾਂ ਦਾ ਪੁੱਤ ਕਮਾਊਗਾ। ਪੁਆਇੰਟ ਦੱਸਦੇ ਆ ਜੀ, ਦੱਸਦੇ ਪੁਆਇੰਟ। ਓਏ ਰੱਬਾ ਮੇਰਿਆ, ਤੇਰਾ ਵੀ ਬੈਡਰ ਦਾ ਯਾਰ ਨੰਬਰ ਦੱਸੂਗਾ, ਪੰਜ ਨੰਬਰ ਹੋ ਗਏ ਇੱਧਰ ਤੇ ਉੱਧਰ ਨੰਬਰ ਜਿਹੜੇ ਤਿੰਨ ਨੇ, ਪੰਜ ਕਾਲੀ ਵਾਲਾ ਤੇ ਤਿੰਨ ਚੁੱਕੇ ਵੀ ਟੀਮ ਦੇ ਮੁੰਡੇ ਕਹਿੰਦੇ ਥਾਲ ਥਾਲੀ ਕਰਾਈ ਆਉਂਦੇ ਆ, ਵਾਕਈ ਕਹਿੰਦੇ ਥਾਲ ਥਾਲ ਹੋਈ ਪਈ ਹੈ। ਹੁਣ ਮੇਲਾ ਵੀਲੇ ਚੱਲਦਾ ਚਾਹ ਜਾ ਚੜ੍ਹਦਾ, ਮੈਂ ਚੋਧਰ ਵੀ ਤਕੜਾ ਕੈਲਪੁਰੀਆ ਨਾਮਾ ਖੇਡਦਾ, ਹਰਮਨ ਕਹਿੰਦਾ ਜੇ ਬਾਲ ਨਾ ਖਾਵੇ ਤਵੰਜਾ ਸੌ ਦੇ ਨਾਲ ਮਾਣ ਕਰਦਾ ਗੇ। ਉਧਰੋਂ ਡਾਕਟਰ ਆ ਰਹੇ ਨੇ, ਰਮਨ ਸੇਖੋਂ ਪੱਟੀ ਵਾਲੇ ਮੁੰਡੇ ਹਰ ਗਏ ਵੀਰੇ, ਸੁੱਖਾ ਬਿਸ਼ਨੋਈ ਗੁਰਭੇਜ ਕਿੰਗਰਾ, ਗੁਰਭੇਜ ਕੀ ਹਾਲ ਚਾਲ ਆ ਜੱਟਾ, ਉਧਰ ਕਿੰਗਰੇ ਵਾਲਾ ਗੁਰਭੇਜ ਲਾਈ ਤੇ ਆ, ਮੈਂ ਚੋਧਰ ਵੀ ਤਕੜਾ, ਧੰਨਵਾਦ। ਵੱਡੀ ਸਪੋਰਟ ਹੈ ਹਰਮਨ ਵਰਗਿਆਂ ਦੀ ਤੇ ਵੱਡਾ ਨੱਪਿਓ ਨੱਪਿਓ ਕੰਮ ਨੂੰ ਤੇਰੇ ਸਿਰ ਤੇ ਰੱਖੇ ਨਾ ਭਰਾਵਾ, ਅੱਜ ਯਾਰਾਂ ਦੇ ਯਾਰ ਕਹਿੰਦੇ ਕਾਲੀਆਂ ਦੇ ਮੈਚ ਉਧਰ ਵੀਰੇ ਖੰਨੇ ਵਾਲੇ ਪੇਜ ਤੇ ਕਿਹਦਾ ਯਾਰ ਹੈ ਖੰਨੇ ਵਾਲੇ ਪੇਜ ਤੇ ਪਿੰਡ ਹੈ ਕਹਿੰਦੇ ਜੱਸੋਵਾਲ ਸੂਦਾ ਹਰਮਨ ਦਾ, ਇਹ ਤੇ ਹੁਣ ਪਤਾ ਲੱਗਿਆ ਹੈ। ਮਾਮਾ ਧੰਨਵਾਦ ਜੀ, ਹਰਮਨ ਦੇ ਨਾਮ ਨਾਲ ਪ੍ਰਸਿੱਧੀ ਮਿਲੀ ਹੈ। ਕੈਲਪੁਰ ਕਹਿੰਦੇ ਨਾਨਕੇ ਪਿੰਡ ਹੈ ਮੁੰਡੇ ਦਾ, ਫੁੱਲਾਂ ਕਹਿੰਦੇ ਹੁੰਦੀਆਂ ਨੇ ਭਰਾਵਾਂ ਨੂੰ ਮਾਰ ਸੁੱਤਾ, ਸ਼ੁਕਰੀਆ ਯਾਰਾਂ ਦੀਆਂ ਯਾਰੀਆਂ ਤੇ ਮਾਣ ਹੈ, ਹਿੱਕਾ ਠੋਕ ਠੋਕ ਜਿਹੜੇ ਕਹਿੰਦੇ ਆ ਯਾਰਾਂ ਦੀਆਂ ਯਾਰੀਆਂ ਤੇ ਮਾਣ ਹੈ, ਮਾਣ ਹੈ ਭਰਾ ਸਾਡਿਆਂ ਨੂੰ ਹਰ ਗੱਲਾਂ। ਬਿਲਕੁਲ ਬਿਲਕੁਲ ਵਿਰਕ ਬਾਈ ਬਹੁਤ ਧੰਨਵਾਦ, ਥੱਲੇ ਆ ਥੱਲੇ 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 ਹੋਈ ਪਈ ਆ ਮੇਰੇ ਮਿੱਤਰੋ, ਉੱਧਰ ਆ ਤੇਰੀਆਂ ਥੱਲੇ। ਇਸ ਤੋਂ ਬਾਅਦ ਫਾਈਨਲ ਮੈਚ ਹੈ, ਨਾਚੇਗੀ ਨਾਗਣ ਤੇ ਨਾਚੇਗੀ, ਨਾਗਣ ਤੇ ਨਾਚੇਗੀ, ਪਰ ਗੱਲਾਂ ਹੋ ਗਈਆਂ ਓਏ ਮੁੰਡਾ ਕਟਾਰੀਆਂ ਪਾਲਾ ਸਿਰਾ ਸਿਰਾ ਪਈ ਤਾਰੀ ਤੂਰੀ ਬੱਜੀ ਨੀ ਤਾਰੀ ਮਾਰਨੀਆਂ ਕਰੋ, ਵਾਹ ਵਧਾਈਆਂ ਵਾਲਿਓ ਸਿਰਾ ਜੱਟਾ ਸਿੰਗਲ ਜਿੱਤੇ ਪ੍ਰਿੰਸ ਆਪਣੇ ਆ ਦਵਿੰਦਰ ਬਰਾੜ ਕਲੱਬ ਯੂਐਸਏ ਘੱਟਾਂ ਵਾਲੀ ਦੀ ਟੀਮ ਆ, ਲੱਖੇ ਕਮੈਂਟ ਕਈ ਵਾਰੀ ਨਹੀਂ ਸ਼ੋ ਹੁੰਦੇ ਵੀਰੇ, ਵੀਰ ਸਾਰੇ ਕਮੈਂਟ ਕਈ ਵਾਰੀ ਨਹੀਂ ਸ਼ੋ ਹੁੰਦੇ ਬਾਈ, ਉਧਰ ਖੰਨਾ ਵਾਲੀਬਾਲ ਸ਼ੂਟਿੰਗ ਵੀਰੇ 365 ਭਰ ਲੋ ਨਿਕਲ ਆਊਗਾ, ਉਧਰ ਖੰਨਾ ਵਾਲੀਬਾਲ ਸ਼ੂਟਿੰਗ 365 ਭਰ ਲੋ, ਸੱਟਾ ਸੱਟਾ ਰਵਿੰਦਰ ਕਮੋਜ, ਵਧੀਆ ਵਧੀਆ ਰਵਿੰਦਰ ਲੱਖੇ ਨਹੀਂ ਪੜੇ ਜਾਂਦੇ ਵੀਰੇ, ਸਾਰੇ ਮੈਸੇਜ ਨਹੀਂ ਪੜੇ ਜਾਂਦੇ, ਬੇਨਤੀ ਹੈ ਮੇਰੀ ਐਡਜਸਟ ਕਰਿਆ ਕਰੋ ਭਰਾ ਬਣਿਆ, ਹਰ ਕਮੈਂਟ ਦਾ ਕਈ ਵਾਰੀ ਰਿਪਲਾਈ ਨਹੀਂ ਦਿੱਤਾ ਜਾਂਦਾ, ਕਈ ਵਾਰੀ ਨਹੀਂ ਸ਼ੋ ਹੁੰਦੇ ਬਾਈ।
ਜੇ ਤਾਂ ਜਮਾਂ ਹੀ ਨਾ ਆਪਾਂ ਪੜ੍ਹੇ ਹੋਏ ਨਾ ਫਿਰ ਤਾਂ ਹੈ ਆਪਾਂ ਪੜ੍ਹੀ ਜਾਂਦੇ ਹਾਂ ਉਦੋਂ ਦੇ ਵੀ ਪੜ੍ਹੀ ਜਾਂਦੇ ਹਾਂ ਨਹੀਂ ਕੁਛ ਨੀ ਮੁੰਡਿਆ ਵੀਰ ਬਾਬਾ ਧੰਨਵਾਦ ਜੀ ਕਰਿਓ ਕਰਿਓ ਸ਼ੇਰ ਖਿੱਚ ਕੇ ਮੁੰਡਿਓ ਵਿਰਾਜ ਬੱਲੀ ਕਨੇਡਾ ਬਾਬਾ ਧੰਨਵਾਦ ਜੀ ਸ਼ੁਕਰ ਥੈਂਕ ਯੂ ਵੀਰੇ ਜਿੰਨੇ ਭਰਾ ਲਾਈਵ ਤੋਂ ਸਾਰਿਆਂ ਨੂੰ ਧੰਨਵਾਦ ਟਾਪੂ ਇਹਨਾਂ ਨੂੰ ਵੀ ਲੱਗਿਆ ਗਾ ਇਹਨਾਂ ਨੂੰ ਵੀ ਯਾਦ ਕਰਦਾ ਟਾਪੂ ਭਗਤੇ ਕੋਲੇ ਪੁੱਛੀ ਇਹ ਵੀ ਫਿਰ ਬੰਦੇ ਆ ਜਾਣਗੇ ਮੂਹਰੇ ਫਿਰ ਇਹ ਬੰਦੇ ਆ ਜਾਣਗੇ ਮੂਹਰੇ ਹਾਂ ਸਹੀ ਗੱਲ ਕੋਈ ਨੀ ਕਰਮਾਂ ਦੀਆਂ ਖੇਡਾਂ ਲੈਣੇ ਵਾਲੀਆਂ ਕਰਮਾਂ ਦੀਆਂ ਖੇਡਾਂ ਕੋਈ ਨੀ ਜਿੱਦਾਂ ਆਪਣੇ ਨਾਲ ਟੱਕਰ ਟਾਕਰੇ ਹੋ ਗਏ ਉਦੇ ਦੇਖ ਲਾ ਕੋਈ ਚੱਕਰ ਨੀ ਚੱਲ ਕੋਈ ਨੀ ਫਿਰ ਨੈਣੇ ਵਾਲੀ ਹੁਣ ਕੀ ਕਰਕੇ ਦੱਸ ਜਸ਼ਨ ਮਾਨ ਬਾਬਾ ਧੰਨਵਾਦ ਜੀ ਸੁਰਜੀਤ ਇੱਧਰ ਨਾਲ ਚੂਚੀ ਹੈ ਡਿਫੈਂਸ ਤੇ ਘੱਟਣ ਵਾਲੀ ਦਾ ਸੁਰਜੀਤ ਆ ਨੀਲੀ ਟੀ ਸ਼ਰਟ ਵਾਲਾ ਉਧਰ ਰਾਜਦੀਪ ਦਾ ਛੋਟਾ ਭਰਾ ਖੱਬੇ ਪਾਸੇ ਡਿਫੈਂਸ ਤੇ ਹਰਜੋਤ ਬਰਾੜ ਵਧੀਆ ਵਧੀਆ ਹਰਜੋਤ ਬਾਬਾ ਧੰਨਵਾਦ ਜੀ ਨੱਫੇ ਹੋ ਕੰਮ ਨੂੰ ਮੁੜਿਓ ਉਧਰ ਖੰਨੇ ਵਾਲਾ ਲਾਈਵ ਅਵਰੇ ਅਜੇ ਬਾਬਾ ਧੰਨਵਾਦ ਬਹੁਤ ਵੱਡਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਟੱਕਰ ਕਹਿੰਦੇ ਬਹੁਤ ਤਕੜੀ ਖੇਡੀ ਆ ਰਹੀ ਆ ਪਰ ਪ੍ਰਿੰਸ ਭਣਿਆਰੀ ਵਾਲਾ ਵੇਲੇ ਪਹਿਲਾ ਮੋਟਰਸਾਈਕਲ ਹਰਿਆਣੇ ਦੇ ਵਿੱਚ ਲੈ ਕੇ ਗਿਆ ਮੁੰਡਾ ਹਾਂ ਗੱਲ ਕੋਈ ਹੋਣੀ ਹੈ ਜ਼ਰੂਰ ਹਾਂ ਗੱਲ ਕੋਈ ਹੋਣੀ ਜ਼ਰੂਰ ਲੈ ਭਾਵੜੀ ਵੀ ਆਇਆ ਹੋਇਆ ਕਰਜੇ ਹੁੰਦੇ ਸਮਾਨ ਨੂੰ ਬੁਰੀ ਆ ਲੈ ਵੀ ਕੱਲ ਨੂੰ ਹੋਣਗੇ ਭਾਵੜੀ ਗੱਲਾਂ ਦੇ ਕਰਜੇ ਵੱਡੇ ਆ ਮੈਨੂੰ ਰਾਹ ਨੂੰ ਵੇਖਣ ਆਇਆ ਹੁਣ ਦੱਸਾਂ ਕਹਿੰਦੇ ਟਕਾਰੇ ਨੇ ਲੈ ਵੀ ਹਣੀ ਕਿੰਨੇ ਹੋ ਗਏ ਨੰਬਰ ਕਰਿਓ ਕਰਿਓ ਸ਼ੇਰ ਮੁੰਡਿਓ ਯਾਰਾਂ ਇੱਧਰ ਸੱਤ ਹੈ ਲੈ ਵੀ ਭਾਵੜੀ ਬੱਚੀ ਯਾਰ ਕਰਦਾ ਕਰਜੇ ਵੱਡੇ ਆ ਹਾਂ ਗੱਲਾਂ ਕਹਿੰਦੇ ਟਕਾਣੇ ਨੇ ਮੱਝੀ ਟਾਈਮ ਕੀ ਲੱਗੂਗਾ ਦੱਸ ਦੇ ਭਾਵਣੀ ਉਹਨਾਂ ਨੂੰ ਕਿਉਂਕਿ ਜਦੋਂ ਏਰੀਏ ਤੇ ਖੇਡ ਹੋਵੇ ਸਰ ਹਾਂਜੀ ਹਾਂਜੀ ਡੁੱਡੀ ਨੀ ਆਇਆ ਵੀਰੇ ਡੁੱਡੀ ਨੀ ਆਈ ਗਿਆਰਾਂ ਸੱਤ ਉਧਰ ਗਿਆਰਾਂ ਭਨਿਆਰੀ ਸੱਤ ਪੁਆਇੰਟ ਘੱਟਿਆਂ ਵਾਲੀ ਭਨਿਆਰੀ ਵਾਲਿਆਂ ਨੇ ਗਿਆਰਾਂ ਸੱਤ ਘੱਟਿਆਂ ਮੈਚ ਹਰਜੋਤ ਬਰਾੜ ਕਾਲੀਆਲਾ ਆਈ ਆਈ ਆ ਹਰਜੋਤ ਖਿੱਚੋ ਖਿੱਚੋ ਮੁੰਡਿਓ ਫੇਰ ਕਰਿਆ ਕਰੋ ਖਿੱਚ ਕੇ
ਸ਼ੇਅਰ ਨਹੀਂ ਕਰਦੇ ਯਾਰ ਮੁੰਡਿਓ 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 ਹਰਜੋਤ ਬਰਾੜ ਧੰਨਵਾਦ ਧੰਨਵਾਦ ਲੱਪੀ ਹੋ ਗਈ ਨਾਲ ਘੁੱਗੜ ਵੀ ਆਇਆ ਹੋਈ ਵਾਹ ਗੱਲਾਂ ਕਹਿੰਦੇ ਟਿਕਾਣੇ ਨੇ ਘੁੱਗੜ ਦੀਆਂ ਦੇ ਹਏ ਸਾਹਮਣੇ ਸਵਾਦ ਵੱਧ ਗਿਆ ਵਾਕਈ ਕਹਿੰਦੇ ਸਵਾਦ ਵੱਜਿਆ ਪਿਆ ਨੋਟ ਕਰਿਓ ਸਾਰੇ ਭਰਾ ਹੁਣ ਦੇਖਾਂਗੇ ਗੱਲ ਕਰੋ ਜਾਂ ਮਰ ਵਾਲੀ ਸੁਣਨੀ ਹੈ ਧੂੜ ਉੱਠ ਰਹੀ ਹੈ ਖੇਡ ਮੈਦਾਨ ਦੇ ਵਿੱਚ ਹਰਜੋਤ ਬਰਾੜ ਬਹੁਤ ਧੰਨਵਾਦ ਜੀ ਬੱਚੀ ਦਾ ਕਹਿੰਦੇ ਵੀਰ ਲਾਡੀ ਉਹ ਵੀਰ ਵੱਲੋਂ ਵੱਡੇ ਜਿਹੜੇ ਮਾਂ ਆਇਆ ਬਹੁਤ ਬਹੁਤ ਧੰਨਵਾਦ ਹੈ ਕੈਮਰਾ ਸਾਫ ਕਰ ਲਈ ਬਈ ਵੇਟ ਕਰੋ ਜੀ ਮਾੜਾ ਜਿਹਾ ਕੈਮਰਾ ਸਾਫ ਕਰ ਲਈ ਬਈ ਹਰਜੋਤ ਹਾਂਜੀ ਹਾਂਜੀ ਵੀਰੇ ਇਸ ਤੋਂ ਬਾਅਦ ਇੱਕ ਮੈਚ ਬਾਕੀ ਆ ਮੈਂ ਕਿਹਾ ਪੂਰਾ ਕਿਹੜਾ ਫੇਰ ਚੇਂਜ ਆ ਜੀ ਰੋਕਣਾ ਪੈਣਾ ਬਾਰਾਂ ਸੱਤ ਫੇਰ ਚੇਂਜ ਨਵੀਂ ਸਰਾਂ ਥੋੜਾ ਜਿਹਾ ਆਇਆ ਵੀ ਜਿੱਤਾਂ ਹਾਰਾਂ ਐਨ ਸਿਰਾ ਹੋਣ ਗਿਆ ਟੌਪ ਦਾ ਮੈਚ ਹੈ ਚੋਟੀ ਦਾ ਤਗੜੀ ਗੇਮ ਚੱਲ ਰਹੀ ਹੈ ਸਾਡਾ ਕੈਨੇਡਾ ਤੋਂ ਐ ਮੈਚ ਤੋਂ ਬਾਅਦ ਲਾਈਵ ਕੱਟ ਕੇ ਚਲਾਵਾਂਗੇ ਵੀਰੇ ਨੋਟ ਕਰਿਓ 13 ਹੋ ਗਏ 13 7 13 7 ਦੇਖਣ ਲਈ ਆਇਆ ਹੈ 14 ਹੋ ਗਏ ਨੰਬਰ 13 ਕੇ 14 14 ਹੋ ਗਏ 14 7 ਤੇ ਨਾਲ ਘੋਗੜ ਵਾਲੀ ਹੈ ਸਾਡਾ ਜਿਹਨੇ ਗਰਾਊਂਡ ਤਿਆਰ ਕੀਤੇ ਹੈ ਜੱਜਾ ਬ੍ਰੈਂਡ ਬਹੁਤ ਬਹੁਤ ਧੰਨਵਾਦ ਜੱਜੇ ਬਾਈ ਉਹਦੇ ਨਾਲ ਕਹਿੰਦੇ ਬੜਾ ਪਿਆਰ ਹੈ ਸਾਰੀ ਮਿੱਤਰ ਮੰਡਲੀ ਲਾਈਵ ਕੱਟ ਕੇ ਚਲਾਵਾਂਗੇ ਵੀਰੇ ਮੈਚ ਤੋਂ ਬਾਅਦ ਉਧਰੋਂ ਸਾਡਾ ਵੀਰ ਪ੍ਰਿੰਸਲੂਰ ਕਿੰਗਰਾ ਦੀਪ ਸਿੰਘ ਵਾਲਾ ਉਹ ਭਰਾ ਕਹਿੰਦਾ ਵੀ ਪਿੰਡਰ ਦੀ ਹਰੇਕ ਸਮੈਚ ਜਿਹੜੀ ਇੱਕ ਸੌਰੀ ਹੋਵੇਗੀ ਲੈ ਵੀ ਟੋੜੇ ਵਾਲੇ ਤੋਂ ਆਪੇ ਸਾਫ ਕਰਦੇ ਨੱਪਿਓ ਨੱਪਿਓ ਕੰਮ ਲੋੜਿਓ ਸ਼ੇਅਰ ਕਰਿਓ ਇੱਕ ਇੱਕ ਸੌਰੀਆਂ ਹੋਣਗੀਆਂ ਵਾਕੇ ਇੱਕ ਇੱਕ ਸੌ ਦਿੱਤਾ ਜਾਣਾ ਤੇ ਘੋਗੜ ਬਾਈ ਵੀ ਸਾਡਾ ਕਹਿੰਦੇ ਪੂਰਾ ਖੁਸ਼ ਹੈ ਇਹਦਾ ਨਜ਼ਾਰੇ ਆਈ ਸ਼ੇਅਰ ਨਹੀਂ ਕਰਦੇ ਮੁੰਡਿਓ ਯਾਰ ਉਹ ਨਜ਼ਾਰੇ ਤੇਜਾ ਬ੍ਰਾਂਚ ਬਾਬਾ ਧੰਨਵਾਦ ਤੇਜੇ ਨਜ਼ਾਰੇ ਤੇ ਧੰਨਵਾਦ ਜੀ ਨਜ਼ਾਰੇ ਤੇ ਭੱਜੇ ਪਏ ਆ ਨਜ਼ਾਰੇ ਤੇ ਭੱਜੇ ਪਏ ਆ ਤੈਨੂੰ ਤੇ ਨਜ਼ਰੀ ਲੱਗ ਗਈ ਹੈ ਤੈਨੂੰ ਦੇ ਚੰਦਰਿਆ ਨਜ਼ਰੀ ਲੱਗ ਗਈ ਹੈ ਸਹੀ ਗੱਲ ਹੈ ਵੀ ਨੰਬਰ ਕਿੰਨੇ ਹੋ ਗਏ 15 15 ਹੋ ਗਏ ਜੀ ਨੰਬਰਦਾਰ ਜੀ 15 7 ਬਹੁਤ ਵੱਡੇ ਸਹਿਯੋਗ ਹੈ ਉਹ ਵੀ ਕਹਿੰਦੇ ਮੈਂ ਮੈਚਾਂ ਦਾ ਜੇ ਬਹੁਤ ਖੁਸ਼ ਹੈ ਵੀ ਸਿਰੇ ਦੇ ਮੈਚ ਖੇਡੇ ਜਾ ਰਹੇ ਹੈ ਟੱਕਰ ਯਾਦਦਾਰ ਹੈ ਖੇਡ ਮੈਦਾਨ ਦੇ ਵਿੱਚ ਪਰ
ਗੇਮ ਬਣ ਆ ਗਿਆ ਜੀ ਮੇਰੇ ਖਿਆਲ ਚ ਬਨਿਹਾਰੀ ਦਾ ਲਾਸਟ ਨੰਬਰ ਲੰਬੀ ਸੀੜੀ ਮਾਰ ਮਿੱਤਰਾ ਰਾ ਭੁੱਲ ਗਈ ਗੁਲਾਬ ਭਗਾ ਹਸੀਨ ਹੈਰ ਤੇ ਆਇਆ ਸੋਹਣਿਆ ਸੱਤ ਅੱਠ ਨਹੀਂ ਹੋਏ ਸੱਤ ਹੀ ਹੈ ਜਿੰਨੇ ਕੁ ਪਹਿਲੀਆਂ ਚ ਲਾਗੇ ਲਾਗੇ ਭੁਨਿਆਰੀ ਵਾਲਿਆਂ ਨੇ ਨੰਬਰ ਇੱਕ ਨੀ ਲੱਗਣ ਦਿੱਤਾ। ਸਹੀ ਗੱਲ ਆ ਨਾ ਜੀ ਭੁਨਿਆਰੀ।